thank you ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰঞ্জਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਪੰਜਾਬੀ ਨੈਸ਼ਨਲ ਦੇ ਉਤੇ ਦਾ ਰঞ্জਜੀਤ ਸਿੰਘ ਸ਼ੋਲਾ ਕੇ ਇੱਕ ਵਾਰ ਫਿਰ ਆਪ ਦੀ ਸੇਵਾਦ ਵਿੱਚ ਮੈਂ ਹਾਜ਼ਰ ਹੋ ਗਿਆ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਵੇਰੇ 9:30 ਤੋਂ ਲੈ ਕੇ 10:30 ਜੋ ਕਿ ਕੈਲਗਰੀ ਐਡਮੰਟਨ ਦਾ ਸਮਾਂ ਹੈ ਜਿਹੜਾ ਅਲਬਰਟਾ ਦਾ ਸਮਾਂ ਹੈ ਅਸੀਂ ਗੱਲਬਾਤ ਦੀ ਸਾਂਝ ਪਾਉਂਦੇ ਹਾਂ ਪੰਜਾਬ ਤੋਂ ਪ੍ਰਸਿੱਧ ਲੇਖਕ ਬੁਲਾਰੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਗਿੱਲ ਜੀ ਨਾਲ ਦਿਲਸਾਖ ਲੁਧੇਣਾ ਸ਼ਹਿਰ ਤੋਂ ਅੱਜ ਵੀ ਸੱਜਣ ਨਾਲ ਜੁੜ ਚੁੱਕੇ ਨੇ ਗਿਲਸਾਖ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਪੰਜਾਬੀ ਨੈਸ਼ਨਲ ਦੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਪਤੇ ਪਰਵਾਨ ਹੋਵੇ ਜੀ ਗਿਲਸਾਖ ਬਹੁਤ ਸਾਰੀਆਂ ਖਬਰਾਂ ਨੇ ਜਿੰਨਾ ਬਾਰੇ ਅੱਜ ਵੀ ਆਪ ਤੋਂ ਜਿਹੜਾ ਜੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਸਮੇ ਜਿਹੜਾ ਹੈ ਜੀ ਕਿਸਾਨਾਂ ਦਾ ਜਿਹੜਾ ਅੰਦੋਲਨ ਕਹ ਲਈਏ ਸੰਘਰਸ਼ ਕਹ ਲਈਏ ਇਸ ਸਮੇਂ ਮੁੱਖ ਖਬਰਾਂ ਸਾਰੇ ਪਾਸੇ ਉਹੀ ਆ ਰਹੀਆਂ ਨੇ ਤੇ ਇਸ ਸਮੇਂ ਪੰਜਾਬ ਦਾ ਮੈਂ ਕਹਿ ਸਕਦਾ ਕਿ ਅਹਿਮ ਇਹ ਮੁੱਦਾ ਬੜਿਆ ਹੋਇਆ ਹੈ ਬਾਕੀ ਖਬਰਾਂ ਪਿੱਛੇ ਰਹਿ ਜਾਂਦੀਆਂ ਨੇ ਸਭ ਚਰਚਾ ਜਿਹੜੀ ਹੈ ਜੀ ਇਸ ਨਾਲ ਰਿਲੇਟਡ ਜਿਹੜੀਆਂ ਨਿਊਜ਼ ਨੇ ਉਹਦੇ ਬਾਰੇ ਹੀ ਹੋ ਰਹੀ ਹੈ ਜੀ ਹਰ ਪਾਸੇ ਸੋ ਹੁਣੇ ਬਿਆਨ ਆਇਆ ਜੀ ਕਿ ਭਾਰਤੀ ਜਨਤਾ ਪਾਰਟੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਇਹ ਜਿਹੜਾ ਜੀ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਹੈ ਸਗੋਂ ਆੜਤੀਆਂ ਦਾ ਹੈ ਇਸ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਰਣਜੀਤ ਜੀ ਜਿਹੜਾ ਅੱਜ ਪ੍ਰੈਸ ਕਾਨਫਰੰਸ ਕਰਕੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਮਿਸਟਰ ਜਗਤ ਪ੍ਰਕਾਸ਼ ਨੱਡਾ ਆਪਣੇ ਭਾਰਤ ਜਨਤਾ ਪਾਰਟੀ ਦੇ ਉਹਨਾਂ ਨੇ ਆਪਣੇ ਪਾਰਟੀ ਹੈੱਡਕੁਆਰਟਰ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਗੱਲ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਿਸਾਨ ਜਿਹੜੇ ਨੇ ਗੁਬਰਾਹ ਕੀਤੇ ਜਾ ਰਹੇ ਨੇ ਤੇ ਇਹ ਜਿਹੜੇ ਆੜਤੀਏ ਨੇ ਉਹ ਮਤਲਬ ਸੱਚੇ ਇਸ ਲੜਾਈ ਨੂੰ ਲੜ ਰਹੇ ਨੇ ਤੇ ਮੈਨੂੰ ਇਹ ਗੱਲ ਹੈਰਾਨੀ ਬੜੀ ਲੱਗੀ ਕਿ ਜਿਹੜੀ ਟਰੇਡਰਸ ਦੀ ਬਾਡੀ ਕਿਣੀ ਜਾਂਦੀ ਹੈ ਭਾਰਤ ਜਨਤਾ ਪਾਰਟੀ ਉਹਨਾਂ ਦੇ ਹਮੇਸ਼ਾ ਹਿੱਤਾਂ ਦੀ ਰਾਖੀ ਕਰਦੀ ਆਪਣੇ ਆਪ ਨੂੰ ਦਾਵੇਦਾਰ ਬਣਦੀ ਹੈ ਉਹਨਾਂ ਦੇ ਉਹ ਆੜਤੀਆਂ ਦੇ ਖਿਲਾਫ ਫੇਸ ਤੋਂ ਹੁੰਦੀ ਜਾਂ ਮਿਡਲ ਮੈਨ ਦੇ ਖਿਲਾਫ ਇਹੋ ਜੀ ਗੱਲ ਸੁਣਨੀ ਮੈਨੂੰ ਸੱਚ ਜਾਣੇ ਬੜੀ ਅਜੀਬ ਲੱਗੀ ਦੂਸਰੀ ਗੱਲ ਇਹ ਆ ਕਿ ਆੜਤੀਆਂ ਦਾ ਨੰਬਰ ਕੋਲੋਂ ਮਲਾ ਕੇ ਪੰਜਾਬ 'ਚ ਕਿੰਨਾ ਹੈ ਕੁੱਲ 30000 ਤੇ ਧਰਨਿਆਂ ਦੇ ਤੇ ਇਕੱਲੇ-ਇਕੱਲੇ ਧਰਨੇ ਤੇ ਬੰਦਾ 6-7000 ਬੈਠੇ ਤੇ 50000 ਦੇ ਧਰਨਿਆਂ ਨੇ ਸੋ ਕੁੱਲ ਮਿਲਾ ਕੇ ਇਸ ਸਮੇਂ ਹਾਸੇ ਵਾਲੀਆਂ ਗੱਲਾਂ ਕਰਨੀਆਂ ਇਹ ਭਾਜਪਾ ਜੰਦਾ پارٹی ਦੀ ਨੈਸ਼ਨਲ ਲੀਡਰਸ਼ਿਪ ਨੂੰ ਸੋਭਦੀਆਂ ਨਹੀਂ ਹਾਂ ਉਹ ਆਪਣਾ ਲਾਜਿਕ ਬਿਲਡ ਕਰ ਸਕਦੇ ਨੇ ਕਿ ਜਿਹੜੀ ਅਸੀਂ ਪਾਲਿਸੀ ਬਣਾਈ ਏ ਉਸ ਪਾਲਿਸੀ ਵਿੱਚ ਚੰਗੀਆਂ ਗੱਲਾਂ ਕਿਹੜੀਆਂ ਨੇ ਲੋਕਾਂ ਦੱਸੋ ਜੇ ਲੋਕਾਂ ਪੁਗਣ ਗਏ ਲੋਕ ਪ੍ਰਵਾਨ ਕਰ ਲੈਣਗੇ ਨਹੀਂ ਪੁਗਣ ਗਏ ਲੋਕ ਰਿਜੈਕਟ ਕਰ ਦੇਣਗੇ ਦੂਸਰੀ ਗੱਲ ਜਿਹੜੀ ਇੱਕ ਉਹਨੇ ਆਖਿਆ ਕਿ ਵੇਖੋ ਜੀ ਅਸੀਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਨਰਿੰਦਰ ਮੋਦੀ ਭਾਈ ਨੇ ਇੱਕ ਕੀਤਾ ਵੀ ਜਿਹੜਾ 10 ਕਰੋੜ ਕਿਸਾਨ ਸੀ ਉਹਨਾਂ ਦੇ ਖਾਤ ਖਾਤੇ ਚ 6-6 ਹਜ਼ਾਰ ਕਰੋੜ 6-6 ਹਜ਼ਾਰ ਰੁਪਏ ਪਾਤਾ ਤੇ ਵੇਖੋ ਜੀ ਇਹ ਕਿੱਡੀ ਵੱਡੀ ਫੈਸਿਲਿਟੇਟ ਕੀਤਾ ਜੀ ਕੋਰੋਨਾ ਟਾਈਮ ਦੇ ਵਿੱਚ ਦੂਸਰਾ ਵੇਖੋ ਜੀ ਅਸੀਂ ਸ੍ਰੀ ਮਿਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ ਅਸੀਂ ਜਦੋਂ ਪਾਰਟੀ ਸਾਡੀ ਪਾਵਰ ਚਾਈ ਨਾਲ ਹੀ ਅਸੀਂ ਉਸ ਦੇ ਜਿਹੜੇ ਐਮਐਸਪੀ ਰੇਟ ਸੀਗੇ ਉਹ ਡਿਊਟੀ ਕਰ ਦਿੱਤੇ ਤੇ ਸਵਾਲ ਇਹ ਬਣਦਾ ਕਿ ਜੇ ਡਿਊਟੀ ਕਰ ਦਿੱਤੇ ਤਾਂ ਭਾਈ ਇੱਕ ਸਾਲ ਕਰਕੇ ਤੇ ਮਗਰੋਂ ਕੀ ਬਲੀ ਛੱਕੀ ਮਗਰੋਂ ਕਿੱਧਰ ਨੂੰ ਚਲੇ ਗਏ ਮਗਰੋਂ ਰੇਟਸ ਕਿਉਂ ਬਹੁਤ ਮਾਰਜਨਰੀ ਵਧ ਰਹੇ ਨੇ ਦੂਸਰੀ ਗੱਲ ਇੱਕ ਹੋਰ ਜਿਹੜੀ ਹੈਗੀ ਏ ਉਹਨਾਂ ਨੇ ਜਿਹੜੀ ਆਖੀ ਕਿ ਮੋਦੀ ਜਨਾਬ ਨੇ ਕਿਸਾਨ ਆਜ਼ਾਦ ਕਰ ਦਿੱਤੇ ਨੇ ਅੱਗੇ ਉਹਨਾਂ ਨੂੰ ਖਾਣ ਵਾਲੇ ਬਹੁਤ ਸੀ ਲੁੱਟਣ ਵਾਲੇ ਬਹੁਤ ਸੀ ਤੇ ਹੁਣ ਤਾਂ ਫਿਰ ਇਹਦਾ ਮਤਲਬ ਕਿੱਲੇ ਨਾ ਬੱਜੀ ਬੱਕਰੀ ਜਿਹੜੀ ਖੋਲ ਕੇ ਤੁਸੀਂ ਅੱਗੇ ਬਗਿਆੜ ਘਰੇ ਕਰੇ ਕਰਤੇ ਬਹੁਤ ਕੰਮੀ ਕੰਪਨੀਆਂ ਔਰ ਵੱਧ ਵੱਡੇ ਥੈਲੀ ਸ਼ਾ ਤੇ ਬਗਿਆੜਾਂ ਤੋਂ ਬੱਕਰੀ ਕੌਣ ਬਚਾਊ ਜੇ ਤੁਸੀਂ ਕਿਸਾਨ ਨੂੰ ਇੰਨਾਂ ਹੀ ਉਹਦੇ ਹੰਦਰਦ ਬਣੇ ਹੋਏ ਹੋ ਤਾਂ ਘਟੋ ਘਟੋ ਉਹਨਾਂ ਦੇ ਥੈਲੀ ਸ਼ਾ ਦੇ ਚੁੰਗਲ ਤੋਂ ਕੱਢਣ ਵਾਸਤੇ ਜਿਹੜੀਆਂ ਉਹ ਤੁਹਾਨੂੰ ਕੋਈ ਸਿਚੁਏਸ਼ਨ ਦਿੰਦੇ ਨੇ ਸੁਝਾਅ ਦਿੰਦੇ ਨੇ ਉਹ ਪ੍ਰਮਾਨ ਕਰ ਲਓ ਜੀ ਇਹਦੇ ਦੀ ਕੋਈ ਟਕਰਾਵ ਵਾਲੀ ਗੱਲ ਤਾਂ ਹੈ ਹੀ ਨਹੀਂ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਵੇਂ ਉਹ ਪ੍ਰਿਤੂਨਸਫੀਰ ਦੀ ਕਵਤਾ ਚ ਆਉਂਦਾ ਨਾ ਕਿ ਕੰਬ ਕੰਬ ਤੋਂ ਅਕਾਸ਼ ਦੀ ਲਾਲੀ ਤੋਂ ਕੰਬ ਇਹ ਸਿਗਨਲ ਸਮਝਣ ਦੀ ਲੋੜ ਆ ਕਿ ਜਿਹੜਾ ਪੰਜਾਬ ਚ ਪ੍ਰੋਟੈਸਟ ਹਰਿਆਣਾ ਚ ਪ੍ਰੋਟੈਸਟ Rajasthan ਚ ਪ੍ਰੋਟੈਸਟ ਪਹਿਲਾਂ ਪੰਜਾਬ ਐਸੈਂਬਲੀ ਰੈਜੂਸ਼ਨ ਕੀਤਾ ਹੁਣ Rajasthan ਸ਼ੁਰੂ ਹੋ ਗਿਆ ਬਾਕੀ ਉਹ ਸੁਭੇ ਵੀ ਕਰ ਰਹੇ ਨੇ ਕੁਝ ਥਾਵਾਂ ਤੇ ਜਿਹੜੇ ਗਵਰਨਰਸ ਨੇ ਸਹਿਬਾਨ ਨੇ ਉਹ ਜਵਾਬ ਦੇ ਹੀ ਜਾ ਰਹੇ ਨੇ ਕਿ ਅਸੀਂ ਨਹੀਂ ਬਰੌਣ ਦੇਣਾ ਸੋ ਇਹ ਜਿਹੜਾ ਟਕਰਾਅ ਦੀ ਸਥਿਤੀ ਹੌਲੀ ਹੌਲੀ ਬਣ ਰਹੀ ਹੈ ਕਿਸੇ ਤਾਂ ਧੁਖ ਦੀ ਜਿਹੜੀ ਧੂਆਂ ਕੱਢਿਆ ਜੀ ਤੂੰ ਆਈਏ ਤੇ ਧੂਆਂ ਬਣ ਕੇ ਕਿਤੇ ਭਾਂਬੜ ਨਾ ਬਣ ਜਾਵੇ ਇਸ ਗੱਲ ਦੀ ਬਹੁਤ ਇੱਕ ਪਛੀਂਗੋਈ ਕਰਨ ਦੀ ਲੋੜ ਹੈ ਕਿ ਪੂਰੇ ਮੁਲਕ ਦੇ ਵਿੱਚ ਜੇ ਇਸ ਕਿਸਮ ਦਾ ਡਿਸਕੰਟੈਂਟਮੈਂਟ ਵੱਧਦੀ ਹੈ ਤਾਂ ਨਾ ਤਾਂ ਮਨੁੱਖਤਾ ਵਾਸਤੇ ਭਲ ਭਲੇ ਚ ਤੇ ਨਾ ਹੀ ਉਦੇਸ਼ ਦੇ ਕਿਸੇ ਨਾ ਅੰਦਰੂਨੀ ਤੇ ਬਹਿਰੂਨੀ ਸੁਰੱਖਿਆ ਵਾਸਤੇ ਵੀ ਉਹ ਇੱਕ ਚੰਗੀ ਗੱਲ ਹੋਏਗੀ ਬਾਕੀ ਜਗਤ ਪ੍ਰਕਾਸ਼ ਨਗਰ ਨਡਾ ਹਰਾਂ ਦਾ ਇਹ ਕਹਿਣਾ ਕਿ ਅਸੀਂ ਕਿਸਾਨ ਪੱਖੀ ਹਾਂ ਕਿਸਾਨ ਹਿਦੈਸ਼ੀ ਹਾਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਥਾਂ ਦੇ ਉੱਤੇ ਜਿਹੜੇ ਸੂਬੇ ਸਾਡੇ ਫੂਡ ਬਾਲ ਨੇ ਉੱਥੇ ਜਾ ਕੇ ਲੋਕਾਂ ਨਾਲ ਗੱਲ ਆਪ ਕਰਨੀ ਚਾਹੀਦੀ ਫਿਰ ਪਤਾ ਲੱਗਦਾ ਵੀ ਕੀ ਭਾਵਿਕਦੀ ਹੈ ਭਾਵੇਂ ਗੱਲ ਸੁਣਦੇ ਨੇ ਲੋਕੇ ਨਹੀਂ ਸੁਣਦੇ ਸੋ ਗੱਲ ਸੁਣਾਉਣ ਵਾਸਤੇ ਜਿਹੜੇ ਸੰਚਾਰ ਮਾਧਿਅਮ ਨੇ ਪ੍ਰੈਸ ਕਾਨਫਰੰਸ ਹੋ ਗਿਆ ਇੰਟਰਨੈਟ ਦੇ ਵੱਖ-ਵੱਖ ਸਾਧਨ ਹੋ ਗਏ ਹਵਾਰਾ ਹੋ ਗਈਆਂ ਜਿਹੜੀਆਂ ਆਪਣੀ ਬੋਲੀ ਬੋਲਦੀਆਂ ਨੇ ਚੈਨਲਸ ਹੋ ਗਏ ਉਸ ਤੋਂ ਬਿਨਾ ਜਿਹੜਾ ਡਾਇਰੈਕਟ 1 ਟੂ 1 ਡਾਇਲਾਗ ਆ ਉਹ ਵੇਖਣਾ ਬਣਦਾ ਹੈ ਇਹਦਾ ਜੇ ਨਵੀਂ ਸ਼ਹਿਰ ਚ ਹਾਰ ਨਹੀਂ ਪਾਉਣ ਦਿੱਤੇ ਅਗਲੇ ਮੇਦਕਰ ਸਾਹਿਬ ਦੇ ਪੁੱਤ ਦੇ ਉੱਤੇ ਕਿਸਾਨਾਂ ਨੇ ਪਹਿਲਾਂ ਭਾਜਪਾ ਦਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਤੇ ਟਕਰਾਅ ਦੀ ਸਥਿਤੀ ਬਣੀ ਉੱਥੇ ਪੁਲਿਸ ਦੇ ਨਾ ਪਾਸੇ ਆਸੀ ਕਰਦੀ ਤੇ ਖਰੇ ਕੀ ਉੱਥੇ ਮਾੜਾ ਵਾਪਰ ਜਾਂਦਾ ਉਹ ਲੋਕ ਤਾਂ ਜਰਦੇ ਨਹੀਂ ਲੋਕ ਤਾਂ ਉੱਤੇ ਤੁਹਾਨੂੰ ਉਹ ਕਹਿੰਦੇ ਉਹ ਨਾਲ ਨਾਲ ਖੜੇ ਹੋ ਘੋੜੀ ਤੇ ਚੜੇ ਤੁਸੀਂ ਜਿੰਨਾਂ ਲੋਕਾਂ ਤੇ ਗਵਰਨਸ ਦੇਣੀ ਹੈ ਜਦ ਕਿ ਮਤਲਬ ਉਹ ਜਿਹੜੀ ਯਾਤਰਾ ਸੀਗੀ ਜਿਸ ਹੋਮਪ੍ਰਕਾਸ਼ ਜੀ ਅਗਵਾਈ ਕਰ ਰਹੀ ਸੀ ਸੰਪ ਉਹ 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 ਤੇ ਨਵੀਂ ਸ਼ਹਿਰ ਤੇ ਬੜੀ ਵੀ ਨਹੀਂ ਪਰ ਟਕਰਾਅ ਦੀ ਸਥਿਤੀ ਪਹਿਲੇ ਬਣੀ ਹੋਈ ਸੀ ਤੋ ਇਹ ਇਸ ਫੋਟੋਕ ਸਿਟਿਜੇ ਤੇ ਬਣ ਰਹੀ ਹੈ ਉਥੇ ਸਮਝਣ ਦੀ ਲੋੜ ਹੈ ਸੰਭਾਲਣ ਦੀ ਲੋੜ ਹੈ ਔਰ ਬੜੀ ਮੈਚਿਓਰਿਟੀ ਨਾਲ ਚੱਲਣ ਦੀ ਲੋੜ ਹੈ ਕਿ ਕਿਤੇ ਲੋਕਾਂ ਦਾ ਜਿਹੜਾ ਰੋਸਾ ਆ ਜੇ ਨਾ ਟ੍ਰਾਂਸਲੇਟ ਹੋਇਆ ਡਾਇਲੌਗ ਦੇ ਵਿੱਚ ਤੇ ਕਿਤੇ ਉਹ ਬੇਲਗਾਮ ਨਾ ਹੋ ਜਾਵੇ ਠੀਕ ਹੈ ਜੀ ਅ ਗਿਲ ਸਰ ਆਪਾਂ ਪਿਛਲੇ 2 ਦਿਨ ਤੋਂ ਜਿਹੜੀ ਜੋ ਕੁਝ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਚ ਹੋਇਆ ਉਸ ਦੀ ਬੜੀ ਵਿਸਥਾਰ ਸਹਿਤ ਗੱਲਬਾਤ ਕਰਦੇ ਰਹੇ ਚਰਚਾ ਕਰਦੇ ਰਹੇ ਜਿਸ ਤਰ੍ਹਾਂ ਕਿ ਆਪਾਂ ਵੀ ਸਿਫਤ ਕੀਤੀ ਸੀ ਆਪਾਂ ਵੀ ਗੱਲਬਾਤ ਕੀਤੀ ਸੀ ਬਾਕੀ ਸਾਰੇ ਪਾਸੋਂ ਵੀ ਇਹ ਕਿਹਾ ਗਿਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਸਾਰੀਆਂ ਪੰਜਾਬ ਦੀਆਂ ਸੈਸੀ ਪਾਰਟੀਆਂ ਨੇ ਕਿਦਾਂ ਉਹਨਾਂ ਨੇ ਇਕੱਠਿਆਂ ਰਲ ਕੇ ਜਿਹੜੇ ਜੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਉਦੋਂ ਕਿਸਾਨਾਂ ਦੇ ਸਪੋਰਟ ਕੀਤੀ ਹੈ ਜਾਂ ਹੱਕ ਦੇ ਵਿੱਚੋਂ ਨਿਤਰੇ ਨੇ ਪਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਵਿਰੋਧੀ ਪਾਰਟੀਆਂ ਨੇ ਚਾਹ ਆ ਆ ਪਹਿਜਾ ਸ਼੍ਰੋਮਣੀ ਕਾਲੀ ਦਲ ਬਾਦਲ ਸੁਖਵੀਰ ਬਾਦਲ ਜੀ ਨੇ ਉਹ ਵਕ ਵਕ ਬਿਆਨ ਦੇ ਰਹੇ ਨੇ ਉਹ ਆਪਣਾ ਗੁੱਸਾ ਜਿਹੜਾ ਜੀ ਉਹ ਕਾਂਗਰਸ ਤੇ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਕੱਢ ਰਹੇ ਨੇ ਉਹ ਕੀ ਕਾਰਨ ਹੈ ਕੀ ਇਸ ਤਰ੍ਹਾਂ ਲੱਗ ਰਿਹਾ ਹੈ ਸੈਸੀ ਪਾਰਟੀਆਂ ਨੂੰ ਕਿ ਜਿਹੜਾ ਉਹ ਸਾਰਾ ਲਾਹਾ ਹੈ ਵਿਧਾਨ ਸਭਾ ਜੋ ਕੁਝ ਹੋਇਆ ਉਹ ਕਾਂਗਰਸ ਉਸ ਦਾ ਲੈ ਗਈ ਹੈ ਕੀ ਚੱਕਰ ਕੀ ਹੈ ਜੀ ਰਣਜੀਤ ਗੱਲ ਪਤਾ ਕੀ ਹੈ ਨਾ ਤਾਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਸੀ ਤੇ ਨਾ ਹੀ ਸ਼ਰਮਨੀ ਕਾਲੀ ਦਲ ਬਾਦਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਇਹਨਾਂ ਡਰਾਸਟਿਕ ਸਟੈਪ ਇਹਨਾਂ ਦਲੇਰੀਆ ਸਟੈਪ ਮੁੱਖ ਮੰਤਰੀ ਪੰਜਾਬ ਲੈ ਸਕਣਗੇ ਉਹਨਾਂ ਨੂੰ ਖਤਸ਼ਿਆ ਸੀ ਕਿ ਪੋਲਾ ਜਾਂ ਕੋਈ ਨਾ ਕੋਈ ਇਹੋ ਜਿਹਾ ਆਧਾਰ ਬਣਾਉਣਗੇ ਗੱਲ ਦਾ ਜਿਹੜੀ ਗੱਲ ਦਾ ਆਧਾਰ ਦੇ ਉੱਤੇ ਬਾਅਦ ਚ ਅਸੀਂ ਇਸ ਨੂੰ ਗ੍ਰਿਲ ਕਰ ਸਕਾਂਗੇ ਅਸੀਂ ਵਿੱਚ ਦੀ ਤੀਰੰਦਾਜ਼ੀ ਕਰ ਸਕਾਂਗੇ ਪਰ ਜਦੋਂ ਮੁੱਖ ਮੰਤਰੀ ਨੇ ਆਪਣਾ ਓਪਨਿੰਗ ਹੀ ਓਪਨਿੰਗ ਬੈਟਸਮੈਨ ਦੇ ਰੂਪ ਦੇ ਵਿੱਚ ਖੇਡ ਦਿਆਂ ਮਤਲਬ ਸਭ ਤੋਂ ਪਹਿਲਾਂ ਗੱਲ ਇਹ ਹੀ ਕੀਤੀ ਕਿ ਭਾਈ ਇਹ ਅਸਤੀਫਾ ਦੇਣਾ ਮੇਰੇ ਵਾਸਤੇ ਬਹੁਤੀ ਔਖੀ ਗੱਲ ਨਹੀਂ ਹੈਗੀ ਆ ਬਿੱਲ ਨੇ ਇਹਨਾਂ ਬਿੱਲਾਂ ਨੂੰ ਇੱਥੇ ਇੱਥੇ ਸੁਰੱਖਿਆ ਕਰਨੀ ਚਾਹੁੰਦੇ ਆ ਔਰ ਤੁਸੀਂ ਦੱਸੋ ਵੀ ਕੀ ਕਰਨਾ ਹੈ ਹੁਣ ਜਦੋਂ ਅੰਦਰ ਸਪੋਰਟ ਦੇ ਰਹੇ ਹੋ ਲੋਕ ਪੁੱਛਦੇ ਨੇ ਉਹ ਜੰਗਨਾਮਾ ਸਿੰਘਾਂ ਦੇ ਫਰੰਗੀਆਂ ਦੇ ਚਾਉਂਦਾ ਨਾ ਕਿ ਘਰੋਂ ਗਏ ਫਰੰਗੀ ਦੇ ਮਾਰਨੇ ਨੂੰ ਸਗੋਂ ਕੁੰਜੀਆਂ ਹੱਥ ਫੜਾਏ ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ ਵੀ ਤੁਸੀਂ ਤਾਂ ਘਰੋਂ ਕਹਿ ਕੇ ਗਏ ਸੀ ਨਹੀਂ ਨਹੀਂ ਤਾਂ ਫੋਟੀ ਖਾ ਕੇ ਕੌਲਾ ਨਹੀਂ ਤਾਂ ਖਾਂਦੇ ਵੀ ਸ਼ੱਕਰ ਪੂਆ ਦੀ ਖਾਦੀ ਸਵੇਰੇ ਵੀ ਅੱਜ ਅਸੀਂ ਕੈਪਟਨ ਅਵਿੰਦਰ ਸਿੰਘ ਨੂੰ ਗ੍ਰਿਲ ਕਰਨਾ ਹੈ ਕਦੂਕਸ ਕਰਨਾ ਹੈ ਤੇ ਹੋਇਆ ਕਿ ਹੋਇਆ ਉਲਟ ਉਹਨਾਂ ਨੇ ਪਹਿਲੇ ਹੀ ਸਟੈਂਡ ਉਹ ਲੈ ਲਿਆ ਸੀ ਜਿਹੜਾ ਉਹਨਾਂ ਦਾ ਲੈਣਾ ਬਣਦਾ ਸੀ ਜਿਹੜਾ ਸੁਭਾ ਦਾ ਹਿੱਸਾ ਵੀ ਹੈ ਜਿਹੜਾ ਪਾਣੀਆਂ ਦੀ ਵੰਡਵੇੜੇ ਵੀ ਉਹਨਾਂ ਨੇ ਸਟੈਂਡ ਲਿਆ ਸੀ ਹੁਣ ਵੀ ਸਟੈਂਡ ਉਹਨਾਂ ਨੇ ਉਹੀ ਲਿਆ ਔਰ ਉਹਨੂੰ ਦੱਸਤਾ ਉਹਨਾਂ ਨੇ ਕਿ ਮੈਂ ਜੇ ਚਾਹਾਂ ਤਾਂ ਆਇਰਨ ਮੈਨ ਬਣ ਕੇ ਤੁਹਾਨੂੰ ਦਿਖਾ ਸਕਦਾ ਸੋ ਉਸ ਗੱਲ ਦਾ ਇਹਨਾਂ ਨੂੰ ਭੱਲੇ ਲੋਕਾਂ ਨੂੰ ਉਦੋਂ ਤੱਕ ਨਹੀਂ ਪਤਾ ਲੱਗਿਆ ਜਦੋਂ ਗਵਰਨਰ ਸਾਹਿਬ ਕੋਲ ਹੋ ਕੇ ਵੀ ਆ ਗਏ ਨੇ ਉਹਦੇ ਵਿੱਚ ਹੀ ਭਾਤ ਜੰਦਾ ਪਾਰਟੀ ਤੋਂ ਬਿਨਾ ਬਾਕੀ ਪਾਰਟੀਆਂ ਜਿਹੜੀਆਂ ਨੇ ਅਕਾਲੀ ਦਲ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਸੀ ਉਹਦੇ ਲੋਕਨ ਸਾਫ ਪਾਰਟੀ ਸੀ ਔਰ 114 ਦੇ 114 ਵਿਧਾਇਕੀ ਉੱਥੇ ਸੀ ਜਿਹੜੇ ਮੁੱਖ ਮੰਤਰੀ ਪੰਜਾਬ ਰਹੇ ਨੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਉਹ ਆਪਣੇ ਸਿਹਤਯਾਬੀ ਨਾਲ ਹੁਣ ਕਰਕੇ ਨਹੀਂ ਆਏ ਤੇ ਜਿਹੜੇ ਦੋ ਭਾਜਪਾ ਦੇ ਵਿਧਾਇਕ ਸੀ ਉਹ ਵੈਸੇ ਵੀ ਨਹੀਂ ਆਏ ਐਨਲ ਵੇਜ ਤੇ ਔਰ ਦੂਸਰਾ ਅੰਮਿਤ ਵੇਜ ਤੇ ਦੂਸਰਾ ਆ ਆਪਣਾ ਦਨੀ ਸਿੰਘ ਬਬੂ ਸੋ ਇਸ ਕਰਕੇ ਗੱਲ ਆਖਣੀ ਕਿ ਸਾਨੂੰ ਮਤਲਬ ਇਹ ਪ੍ਰਮਾਨ ਨਹੀਂ ਇਹ ਇੱਕ ਬੰਦੇ ਨੇ ਇਹ ਵੀ ਅੱਜ ਕਈ ਗੱਲ ਕਹਦੇ ਮੈਂ ਸੁਣੀ ਕਿਸੇ ਥਾਂ ਦੇ ਉੱਤੇ ਬੋਲਦੇ ਨੂੰ ਕਿ ਇਹ ਜੀ ਵਿਕਟਰੀ ਦਾ ਇਹਨਾਂ ਨੇ ਜਿਹੜਾ ਕਾਂਗਰਸੀ ਕਰਕੇ ਆਏ ਨੇ ਉਹ ਸਾਨੂੰ ਠੀਕ ਨਹੀਂ ਲੱਗਿਆ ਕਿਹੜਾ ਮੋਰਚਾ ਜਿੱਤ ਲਿਆ ਇਹਨਾਂ ਨੇ ਉਹ ਭਾਈ ਮੋਰਚਾ ਉਹੀ ਨਹੀਂ ਹੁੰਦਾ ਜਿਹੜਾ ਦਿੱਲੀ ਨਾਲ ਲੜਿਆ ਜਾਵੇ ਜਿਹੜਾ ਤੁਹਾਡੇ ਨਾਲ ਲੜਿਆ ਜਾਵੇ ਮੋਰਚਾ ਹੁੰਦਾ ਉਹ ਕਾਂਗਰਸ ਨੇ ਮੋਰਚਾ ਜਿੱਤ ਲਿਆ ਕਿ ਤੁਹਾਨੂੰ ਆਪਣੀ ਗੱਲਾਂ ਦੇ ਵਿੱਚ ਸਹਿਮਤ ਕਰਕੇ ਉਹਨਾਂ ਨੇ ਸੋਲੀਡਾਰਟੀ ਦਾ ਸੁਨੇਹਾ ਜਿਹੜਾ ਦਿੱਲੀ ਨੂੰ ਭੇਜ ਦਿੱਤਾ ਇਹ ਜੈਸਚਰ ਜਿਹੜੇ ਹੁੰਦੇ ਨੇ ਇਹ ਜਿਤ ਵਰਗੇ ਹੁੰਦੇ ਆ ਇਹਨੂੰ ਮਤ ਸੋਚੀਏ ਕਿ ਸਿਰਫ ਤੇ ਸਿਰਫ ਜਿਹੜੇ ਬਿੱਲ ਪਾਸ ਕੀਤੇ ਨੇ ਜੋ ਪਾਸ ਹੋਣਗੇ ਤੇ ਤਾਂ ਹੀ ਜਿੱਤ ਨਸੀਬ ਹੋਣੀ ਹੈ ਜਿੱਤ ਇਸ ਗੱਲ ਦੇ ਵਿੱਚ ਵੀ ਹੈ ਕਿ ਜਿਹੜੇ ਸਿਰ ਪਾੜਨ ਨੂੰ ਤਿਆਰ ਸੀ ਉਹ ਸਿਰ ਜੋੜਨ ਨੂੰ ਤਿਆਰ ਹੋਗੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਹੈ ਉਹਨਾਂ ਨੂੰ ਆ ਜਾਂ ਤਾਂ ਉਹਨਾਂ ਨੇ ਪਹਿਨਾ ਏਕਾ ਨਕਾਰੀਆਂ ਤੋਂ ਦਰਦਿਆਂ ਮਾਰਿਆਂ ਨੇ ਕੀਤਾ ਕਿ ਸਾਨੂੰ ਇਹਨਾਂ ਨੇ ਜਿਹੜਾ ਮਾੜਾ ਮੋਡਾ ਪਿੰਡੀ ਜਾਣ ਜੋਗੇ ਹੈਗੇ ਆਂ ਚਾਹੇ ਹੁਣ ਤੱਕ ਮਿਲਦੀ ਏ ਉਹ ਵੀ ਮਿਲਣ ਨੂੰ ਬੰਦ ਹੋ ਜੂ ਜਾਂ ਤਾਂ ਉਹ ਕਹਾਣੀ ਹੋਈ ਏ ਤੇ ਜੇ ਬਾਅਦ ਜਿਹੜਾ ਆਫਟਰ ਥਾਟ ਹੁੰਦਾ ਆਫਟਰ ਥਾਟ ਜੇ ਇਹ ਆ ਕਿ ਇਹ ਕਾਂਗਰਸ ਨੇ ਜੋ ਕੀਤਾ ਇਹ ਇਹ ਪੁਰਾਣੀਆਂ ਬੋਤਲਾਂ 'ਚ ਨਵੀਂ ਸ਼ਰਾਬ ਹੈ ਤੇ ਇਹ ਗੱਲ ਵੀ ਬਹੁਤੀ ਵਾਜਬ ਨਹੀਂ ਹੈਗੀ ਉਹ ਸ਼ਰਾਬ ਤੇ ਤੁਹਾਡੇ ਟੇਬਲਾਂ 'ਤੇ ਕੱਲੇ ਕੱਲੇ ਰੱਖੀ ਸੀ ਤੁਸੀਂ ਦੇਖ ਲੈਂਦੇ ਸੋਮ ਕਿ ਵੀ ਪੁਰਾਣੀ ਏ ਕਿ ਨਵੀਂ ਹੂੰ ਹੂੰ ਜਿਹੜਾ ਬੋਲਣ ਦਾ ਵੇਲਾ ਹੈ ਸਤਿਗੁਰ ਬਾਣੀ ਨੇ ਵੀ ਇਹੀ ਸੰਦੇਸ਼ ਦਿੱਤਾ ਬੀੜਾ ਬੰਦ ਨ ਸਕੇ ਉਹ ਬੰਦਨ ਕੀ ਬੇਲਾ ਭਰ ਸਰਵਰ ਜਬ ਉਛਲੇ ਤਾਂ ਉਤਰਣ ਦੇ ਹੇਲਾ ਜੇ ਸਮੇ ਸੇਰ ਸੱਚ ਸੁਣਾ ਸੀ ਸੱਚ ਕੀ ਬੇਲਾ ਗੁਰੂ ਨਾਨਕ ਪਰਸੇ ਨੇ ਇਹੀ ਗੱਲ ਕਹੀ ਹੈ ਕਿ ਜੇ ਸੱਚ ਬੋਲਣ ਵੇਲੇ ਸੱਚ ਨਹੀਂ ਬੋਲਿਆ ਤਾਂ ਉਹ ਸੱਚ ਦਾ ਕੋਈ ਅਰਥ ਨਹੀਂ ਉਹ ਸੱਚ ਦਾ ਕੋਈ ਅਰਥ ਨਹੀਂ ਇਸ ਕਰਕੇ ਮੈਂ ਆਪਣੇ ਭਾਈਵੰਦਾਂ ਨੂੰ ਬੇਨਤੀ ਕਰਾਂਗਾ ਵੱਖ-ਵੱਖ ਪੁਲਿਟिकल ਪਾਰਟੀ ਚ ਰਹਿੰਦੇ ਹਨ ਕਿ ਆਹ ਵੇਲਾ ਸੰਘਰਸ਼ ਦਾ ਤਾਂ ਹੈ ਹੀ ਹੈ ਨਾਲ ਵੀ ਨਾਲ ਆਤਮ ਚਿੰਤਨ ਤੇ ਆਤਮ ਚੇਤਨਾ ਦਾ ਵੀ ਹੈ ਕਿ ਅਸੀਂ ਉਹਦੇ ਨਾਲ ਵਾਕਿਫ ਹੋ ਕੇ ਸਾਰੀਆਂ ਪੇਸ਼ਬੰਦੀਆਂ ਕਰੀਏ ਅੱਜ ਕੀ ਹੋ ਰਿਹਾ ਈਵਨ ਮੈਂ ਤਾਂ ਕਿਸਾਨ ਜਿਥੇ ਬੰਦੀਆਂ ਨੂੰ ਗੁਜ਼ਾਰਿਸ਼ ਇਹੀ ਕਰਾਂਗਾ ਤੁਹਾਡੇ ਚੈਨਲ ਦਾ ਹੀ ਕਿ ਤੁਸੀਂ ਐਡਵਾਂਸ ਕਰਦੇ ਕਰਦੇ ਫੌਜੀ ਨਿظام ਮੁਤਾਬਕ ਜਿਹੜੀ ਰੀਟਰੀਟ ਵੀ ਕਰਨਾ ਤਾਂ ਰੀਟਰੀਟ ਦੀ ਵੀ ਤੁਹਾਡੀ ਪਾਲਿਸੀ ਬੜੀ ਕਲੀਅਰ ਹੋਣੀ ਚਾਹੀਦੀ ਹੈ ਇਹਨਾਂ ਵੀ ਅੱਗੇ ਨਾ ਵੱਧ ਜਾਈਏ ਕਿ ਪਿੱਛੋਂ ਜਿਵੇਂ ਇਹ ਕਰੀ ਪੁਰਾਣੀ ਗੱਲ ਦੱਸ ਦਿੰਦੇ ਹਾਂ ਸਾਡੇ ਵਾਪਿਸ ਨੂੰ ਦੇਖਿਆ ਕਿ ਸਾਡੇ ਪਿੰਡ ਆ ਗਏ ਚੋਰ ਜੀ ਚੋਰ ਆ ਗਏ ਤੇ ਸਾਰਾ ਪਿੰਡਾਂ ਦਾ ਲੈ ਕੇ ਚੋਰਾਂ ਦੇ ਮਗਰ ਚੜ ਗਿਆ ਚੋਰ ਹੋਏ ਚੋਰ ਹੋਏ ਚੋਰ ਹੋਏ ਚੋਰ ਹੋਏ ਸਾਰਾ ਪਿੰਡ ਲੱਭੋ ਕਿੱਥੇ ਗਏ ਨੋਬੋ ਕਿੱਥੇ ਗਏ ਪਿੰਡ ਗਾਂ ਲਾਂਗੇ ਚੋਰ ਪਿੱਛੇ ਰਹਿ ਗਏ ਤੇ ਚੋਰ ਵੀ ਉਸੇ ਪਿੱਛੇ ਸ਼ਾਮਲ ਹੋ ਕੇ ਕਰੀ ਜਾਣ ਚੋਰ ਹੋਏ ਚੋਰ ਹੋਏ ਚੋਰੇ ਫੜ ਲੋਏ ਮਾਰ ਲੋਏ ਸੁਕੇ ਨਾ ਜਾਣ ਹੋਏ ਤੇ ਨੇਰੇ ਜਿਹੜਾ ਪਤਾ ਲੱਗਦਾ ਵੀ ਇਹ ਪਿੰਡ ਵਾਲਾ ਕਿ ਚੋਰ ਹੈ ਸੋ ਨੇਰੇਜ ਨਾਕਾ ਮਾਰਨ ਦੇ ਨਾਲ-ਨਾਲ ਸਾਨੂੰ ਆਪਣੇ ਆਪਣੀ ਜਿਹੜੀ ਤੀਸਰੀ ਅੱਖ ਹੈ ਉਹ ਜਗਾ ਕੇ ਰੱਖਣੀ ਚਾਹੀਦੀ ਹੈ ਕਿ ਦੁਸ਼ਮਣ ਨੇ ਕਿਹੜਾ ਵਾਰ ਕੀਤਾ ਉਹਦਾ ਐਨਾਲਿਸਿਸ ਨਾਲ ਨਾਲ ਹੋਣਾ ਚਾਹੀਦਾ ਉਹਨੇ ਜੇ ਫਰਜ਼ ਕੀਤਾ ਅੱਜ ਸਾਨੂੰ ਆੜਤੀਆਂ ਨਾਲ ਟਕਰਾਉਣ ਦੀ ਗੱਲ ਜੇਪੀ ਨੱਡਾ ਨੇ ਕੀਤੀ ਹੈ ਤੇ ਸਾਡਾ ਐਨਾਲਿਸਟ ਜਿਹੜਾ ਹੈਗਾ ਉਹ ਜ਼ਰੂਰ ਇਹ ਗੱਲ ਵਿਸ਼ਲੇਸ਼ਣੀ ਅੱਖ ਨਾਲ 30 31 ਜਿਥੇ ਬੰਦੀਆਂ ਜਿਹੜੀਆਂ ਉਹਨਾਂ ਨੂੰ ਦੱਸੇ ਕਿ ਭਾਈ ਇਸ ਗੱਲ ਦਾ ਐਂਗਲ ਕਿੱਥੇ ਆ ਇਹ تیر ਚਲਾਇਆ ਕਿਸੇ ਹੋਰ ਬੰਦੇ ਨੂੰ ਚਲਿਆ ਹੋਰ ਬੰਦੇ ਨੂੰ ਸੋ ਇਸ ਕਰਕੇ ਇਹ ਐਨਲਿਸਿਸ ਜਿਹੜਾ ਨਰਮਲ ਕਰਨਾ ਹੈ ਉਹਦੇ ਵਾਸਤੇ ਇਹਨਾਂ ਦਾ ਸਿਰਫ ਜਥੇਬੰਦਗ ਕਨਜ਼ਾਮ ਦੇ ਬੰਦਿਆਂ ਦਾ ਸਿਰ ਜੋੜਨਾ ਹੀ ਜ਼ਰੂਰੀ ਨਹੀਂ ਹੁੰਦਾ ਉਹਦੇ ਵਿੱਚ ਜਿਹੜੇ ਐਨਾਲਿਸਟ ਵਕਫ ਵਕ ਇੰਸਟੀਚੂਨਸ ਦੇ ਵਿੱਚੋਂ ਰਿਟਾਇਰ ਹੋ ਚੁੱਕੇ ਨੇ ਭਾਵੇਂ ਪੰਜਾਬ ਦੇ ਫਿਕਰਮੰਦ ਨੇ ਦਰਦਮੰਦ ਨੇ ਇਕਨੋਮੀ ਦੇ ਭੇਤੀ ਨੇ ਰਾਦਰ ਸਟ੍ਰੈਟਜਿਸਟ ਨੇ ਜਿਹੜੇ ਬੰਦੇ ਵਕਫ ਵਕ ਇੰਸਟੀਚੂਨਸ ਜੋ ਰਿਟਾਇਰ ਹੋਏ ਨੇ ਗਵਰਨਮੈਂਟ ਆਫ ਇੰਡੀਆ ਚ ਬੜੇ ਬੰਦੇ ਰਿਟਾਇਰ ਹੋਏ ਨੇ ਨੀਤੀ ਯੋਗ ਜਨ ਨੂੰ ਅੱਜ ਕਹਿੰਦੇ ਪਲੈਨਿੰਗ ਬੋਰਡ ਚੋਂ ਵੀ ਬੰਦੇ ਆਏ ਨੇ ਔਰ ਦਿੱਲੀ ਚ ਵੀ ਬੜਾ ਥਿੰਕ ਟੈਂਕ ਵੱਡਾ ਬੈਠਾ ਉੱਥੇ ਜਿਹੜਾ ਤੁਹਾਨੂੰ ਐਡਵਾਈਸ ਕਰ ਸਕਦੇ ਨੇ ਉਹ ਇਨਸਪੈਕਟਿਵ ਆਫ ਪਾਰਟੀ ਉਹ ਕਾਲੀਦਾਲ ਚੋਂ ਨੇ ਉਹ ਕਾਂਗਰਸ ਚੋਂ ਨੇ ਉਹ ਭਾਜਪਾ ਚੋਂ ਇਵਨ ਭਾਜਪਾ ਚੋਂ ਕਈ ਬੰਦੇ ਐਸੇ ਨੇ ਜਿਹੜੇ ਮੋਦੀ ਸਾਹਿਬ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੈਗੇ ਉਹ ਵੀ ਤੁਹਾਨੂੰ ਕੋਪਰੇਟ ਕਰ ਸਕਦੇ ਆ ਸਹਿਯੋਗ ਦੇ ਸਕਦੇ ਆ ਮਤ ਸੋਚੀਏ ਕਿ ਸਿਰਫ ਤੇ ਸਿਰਫ ਆ ਤੁਹਾਨੂੰ ਤੁਹਾਡੇ ਨਾਲ ਜਿਹੜੇ ਸਹਿਮਤ ਲੋਕ ਜਿਹੜੇ ਧਰਨੇ 'ਚ ਬੈਠੇ ਉਹੀ ਤੁਹਾਡੀ ਲਾਇਕਤ ਨੂੰ ਸ਼ਰਪਨ ਕਰ ਸਕਦੇ ਤਿੱਖਾ ਕਰ ਸਕਦੇ ਆ ਸੋ ਜਦੋਂ ਲੜਾਈ ਲੜਨੀ ਹੈ ਮੈਨੂੰ ਫਿਰ ਇੱਥੇ ਸਰਦ ਜਗਦੇਵ ਸਿੰਘ ਜਸਵਾਲ ਦੀ ਖਾਲੀ ਜਿਆਦਾ ਰਹੀ ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਯੁੱਧ ਚੱਲਦਾ ਹੈ ਨਾ ਉਹਨੂੰ ਧਰਮਯੁੱਧ ਵਾਂਗ ਲੜਨਾ ਚਾਹੀਦਾ ਹੁੰਦਾ ਤੇ ਧਰਮਯੁੱਧ ਦੇ ਵਿੱਚ ਜਿਹਦੇ ਕੋਲ ਪੈਸੇ ਨੇ ਉਹ ਪੈਸੇ ਦੇਵੇ ਜਿਹਦੇ ਕੋਲ ਹਥਿਆਰ ਹੋ ਹਥਿਆਰ ਦੇਵੇ ਜਿਹਦੇ ਕੋਲ ਸੀਸ ਹੋ ਸੀਸ ਦੇਵੇ ਜਿਹਦੇ ਕੋਲ ਵਕਤ ਹੈ ਵਕਤ ਦੇਵੇ ਸਾਰਾ ਕੁਝ ਹੀ ਚਾਹੀਦਾ ਉਹ ਯੁੱਧ ਦੇ ਵਿੱਚ ਇਹ ਲੜਾਈ ਐਡੀ ਸਿੱਧੀ ਪੱਤਰੀ ਨਹੀਂ ਹੈ ਇਹ ਵਾਰ ਨਰਜ਼ ਵੀ ਹੈਗੀ ਹੈ ਨਾਲ ਦੀ ਨਾਲ ਇਹ ਵਿਰੋਧ ਦੱਸ ਕੇ ਆਪਣੀ ਗੱਲ ਮੰਗਵਾਉਣ ਦਾ ਇੱਕ ਅੰਦਾਜ਼ ਵੀ ਹੈ ਪਰ ਨਾਲ ਦੀ ਨਾਲ ਫੁੱਲ ਵਿਜੀਲੈਂਸ ਦੇ ਨਾਲ ਵੀ ਗੱਲ ਵੀ ਕਰਨ ਦੀ ਸੋਚਣ ਦੀ ਲੋੜ ਹੈ ਜਿਹੜੀ ਖਾਸ ਕਰਕੇ ਖੇਤੀਬਾੜੀ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਨੇ ਹੁਣ ਤੱਕ ਨਿਭਾਈ ਹੈ ਉਹੀ ਹੈ ਕਿ ਬੇਵਾਰਾ ਕੱਟ ਨਾ ਹੋ ਜਾਵੇ ਅਜੇ ਵੀ ਉਹਦੇ ਦੇ ਉੱਤੇ ਲਗਾਮ ਕੱਸ ਕੇ ਜਿਹੜੀ ਫੜੀ ਹੋਈ ਉਹਨਾਂ ਨੇ ਉਦੋਂ ਹੀ ਸ਼ਾਬਾਸ਼ੀ ਦੇਣੀ ਬਣਦੀ ਏ ਔਰ ਜਿੱਥੇ ਕਿਤੇ ਵੀ ਇਈ ਤਰ੍ਹਾਂ ਦੇ ਮਜ਼ਾਰਿਆਂ ਦੇ ਵਿੱਚ ਕਈ ਥਾਈ ਲੋਕੀ ਆਪਣਾ ਸੌਦਾ ਵੇਚਿਆ ਕੱਲ ਵੀ ਮੈਂ ਗੱਲ ਕੀਤੀ ਸੀ ਔਰ ਇੱਕ ਦੋਸਤ ਨੇ ਮੈਨੂੰ ਇਹ ਕਿਹਾ ਕਿ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਮੈਂ ਕਿਹਾ ਮੈਂ ਇਹ ਗੱਲ ਕੋਠੇ ਦੇੜ ਕੇ ਕਹਾਂਗਾ ਕਿ ਜਿਹੜਾ ਤਤੀ ਗੱਲ ਕਰਦਾ ਉਹ ਤੁਹਾਨੂੰ ਟਰੈਪ ਚ ਸੌਦਾ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਬੇਈਮਾਨ ਹੋਵੇ ਪਰ ਉਹਦੇ ਟਰੈਪ ਚ ਫਸ ਕੇ ਤੁਸੀਂ ਉਸ ਅੰਨੀ ਗਲੀ ਚ ਨਾ ਜਾਵੜਿਓ ਜਾਂ ਉਹ ਜਾਲ ਚ ਨਾ ਫਸ ਜਾਇਓ ਜਿਹੜਾ ਕਿਸੇ ਸ਼ਿਕਾਰੀ ਨੇ ਫਿਲਹਾ ਹੁਆ ਹੁੰਦਾ ਵਿੱਚ ਹੋਗਾ ਪਾ ਕੇ ਅਸੀਂ ਗੱਲਾਂ 'ਚ ਆ ਕੇ ਜਿਹੜਾ ਉਹ ਇੱਕ ਮਿਸਪ੍ਰਿਜ਼ਮ ਕਰਦੇ ਆ ਸਮੋਹਨ ਕਰਦੇ ਆ ਉਹ ਤੁਹਾਡੀ ਗੱਲ ਹੀ ਤੁਹਾਡੇ ਮੂੰਹ ਤੋਂ ਕਢਾ ਲੈਂਦੇ ਨੇ ਜੀ ਉਹ ਵੀ ਲੋਕ ਉੱਥੇ ਜਾਂਦੇ ਹੋਣਗੇ ਜਿਹਨਾਂ ਲੋਕਾਂ ਨੇ ਸਰਕਾਰ ਦੀ ਨੌਕਰੀ ਭਾਵੇਂ ਨਹੀਂ ਕਰਦੇ ਪਰ ਕਿਸੇ ਨਾ ਕਿਸੇ ਢੰਗ ਨਾਲ ਸਰਕਾਰ ਦੇ ਹਿਤ ਪੂਰਨ ਵਾਲੇ ਬੰਦੇ ਵੀ ਜਾਂਦੇ ਹੋਣਗੇ ਸੋ ਜਿਹੜੇ ਹਿਤ ਪੂਰਨ ਵਾਲੇ ਹੁੰਦੇ ਨੇ ਉਹ ਪਛਾਣਣ ਦੀ ਲੋੜ ਪੈਂਦੀ ਐ ਔਰ ਸ਼ਾਨ ਲਈ ਲਾਉਣ ਦੀ ਲੋੜ ਐ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਬੇਨਤੀ ਕਰਾਂਗਾ ਖਾਸ ਕਰਕੇ ਜਿਹੜੇ ਜਿਹੜੇ ਜਿਥੇ ਬੰਦਕ ਨਿਜ਼ਾਮ ਦੇ ਵਿੱਚੋਂ ਜਿਹੜੇ ਲੋਕ ਧਰਨਾ ਲਾਈ ਬੈਠੇ ਨੇ ਕਿ ਬੀਰੋ ਤੁਸੀਂ ਆਪਣੇ ਬੁਲਾਰੇ ਨੂੰ ਪਹਿਲਾਂ ਉਹ ਤੋਂ ਸਨਫਸ ਲੋਕ ਦੱਸੋ ਕਿ ਭਾਈ ਤੂੰ ਗੱਲ ਕਿਹੜੀ ਲਾਈਨ ਤੇ ਕਰਨੀ ਹੈ ਕੀ ਗੱਲ ਕਰਨੀ ਚਾਹੁੰਦਾ ਇਹ ਕੋਈ ਮਿਹਨੇ ਵਾਲੀ ਗੱਲ ਨਹੀਂ ਹੈ ਤੁਹਾਡੇ ਮੰਚ ਨੂੰ ਵਰਤਣਾ ਅਗਲੇ ਨੇ ਯਾਰ ਤੁਹਾਡਾ ਪਲੇਟਫਾਰਮ ਯੂਜ਼ ਹੋ ਰਿਹਾ ਤੇ ਤੁਹਾਨੂੰ ਪਤਾ ਹੀ ਨਹੀਂ ਹੋਵੇ ਕਿਸ ਬੰਦੇ ਨੇ ਕੀ ਬੋਲਣਾ ਮਗਰੋਂ ਚੀਕਣ ਨਾਲੋਂ ਪਿੱਟਣ ਨਾਲੋਂ ਬੈਟਰੀ ਵੀ ਪਹਿਲਾਂ ਪੁੱਛ ਲੈਣੋ ਸੋ ਇਸ ਗੱਲ ਦਾ ਖਿਆਲ ਰੱਖਣ ਦੀ ਬਹੁਤ ਲੋੜ ਆ ਇੱਕ ਅੱਜ ਸ਼ੰਭੂ ਮੋਰਚੇ ਦੇ ਦੀਪ ਸਿੱਧੂ ਜੀ ਨੇ ਗੱਲ ਕਰ ਰਿਹਾ ਸੀ ਤਾਂ ਉਹ ਪਿਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰ ਰਿਹਾ ਸੀ ਜੀ ਮੈਂ ਉਹਦੀ ਗੱਲ ਨਾਲ ਸਹਿਮਤ ਹਾਂ ਕਿ ਵੱਧ ਅਧਿਕਾਰ ਜੇ ਹੋਣਗੇ ਤਾਂ ਹੀ ਸੂਬੇ ਸਮਰੱਥ ਹੋ ਸਕਣਗੇ ਪਰ ਇਹ ਤਾਂ ਜਿਹੜਾ ਖੋਰਾ ਵੱਧ ਅਧਿਕਾਰਾਂ ਨੂੰ ਵੀ ਪਿਛਲੇ 6 ਸਾਲ ਦਾ ਲੱਗਿਆ ਹੋਇਆ ਉਸ ਤੋਂ ਪਹਿਲਾਂ ਨੇ ਵੀ ਲਾਇਆ ਉਹ ਲੜਾਈ ਤਾਂ ਬਹੁਤ ਲੰਮੀ ਹੈ ਉਹਦੇ ਵਿੱਚ ਅਸੀਂ ਅੱਜ ਇੱਕ ਖਾਸ ਬਿੰਦੂ ਤੇ ਬਹਿ ਕੇ ਉਹਨੂੰ ਅੱਗੇ ਨਹੀਂ ਤੁਰ ਸਕਦੇ ਸਾਨੂੰ ਪਾਸਟ ਪ੍ਰੈਕਟਿਸ ਜਿਹੜੀਆਂ ਨੇ ਪਾਸਟ ਐਕਸਪੀਰੀਐਂਸ ਜਿਹੜੇ ਨੇ ਉਹਨਾਂ ਦਾ ਵੀ ਐਨਾਲਿਸਿਸ ਕਰਨ ਦੀ ਲੋੜ ਹੈ ਕਿ ਕਿੱਥੇ-ਕਿੱਥੇ ਕਿਹੜਾ-ਕਿਹੜਾ ਖੋਰਾ ਕਦੋਂ-ਕਦੋਂ ਲੱਗਿਆ ਤੇ ਸਾਡਾ ਉਦੋਂ ਪਤੀਰਾ ਕੀ ਸੀ ਜੀ ਕਿਹੜੀ ਸਾਡੀ ਪਾਰਟੀ ਨੇ ਉਦੋਂ ਕਿਹੜੇ ਸਟੈਂਡ ਲਏ ਹੁਣ ਇਸੇ ਸ਼੍ਰੋਮਣੀ ਕਾਲੀਦਾਸ ਨੇ ਜਦੋਂ ਕਿਤੇ ਵੀ ਸਾਡੇ ਵਾਧਦਕਰਾਂ ਤੇ ਹਨਨ ਹੋਏ ਨੇ ਤੁਹਾਡੇ ਜੰਮੂ ਕਸ਼ਮੀਰ ਦਾ ਮਸਲਾ ਲੈ ਲਓ ਉੱਥੇ ਸਪੋਰਟ ਕੀਤੀ ਹੈ ਔਰ ਜਿਹੜੀ ਇੱਕ ਨਜ਼ਮ ਸੁਣਾਉਂਦੇ ਹੁੰਦੇ ਨੇ ਸ਼ਾਇਦ ਉਹ ਕਿਸੇ ਇਨਕਲਾਬੀ ਸ਼ਾਇਰ ਦੇ ਜੇ ਜਦੋਂ ਉਹਨਾਂ ਨੇ ਯਹੂਦੀਆਂ ਨੂੰ ਮਾਰਿਆ ਮੈਂ ਚੁੱਪ ਰਿਹਾ ਜਦੋਂ ਉਹਨਾਂ ਨੇ ਇਸਾਈਆਂ ਨੂੰ ਮਾਰਿਆ ਮੈਂ ਚੁੱਪ ਰਿਹਾ ਜਦੋਂ ਉਹਨਾਂ ਨੇ ਫਲਾਣੇ ਨੂੰ ਮਾਰਿਆ ਮੈਂ ਚੁੱਪ ਰਿਹਾ ਜਦੋਂ ਮੇਰੀ ਵਾਰੀ ਆਈ ਉਦੋਂ ਮੇਰੇ ਹੱਕ 'ਚ ਬੋਲਣ ਵਾਲਾ ਕੋਈ ਨਹੀਂ ਸੀ ਸਹੀ ਹੈ ਜੀ ਇਸ ਕਰਕੇ ਜਿਹੜੇ ਲੋਕ ਹਿਤ ਨੇ ਉਹਨਾਂ ਦੇ ਉਹਲੇ 'ਚ ਵੀ ਬੜੀ ਵੱਖਰੀ ਕਿਸਮ ਦੀ ਰਾਜਨੀਤੀ ਇਸ ਵੇਲੇ ਐਕਟਿਵ ਹੈ ਅੱਜ ਜੇ ਕਿਰਤੀ ਕਿਸਾਨ ਦੀ ਗੱਲ ਕਰਦੇ ਆਂ ਪਰ ਕਿਰਤੀ ਜਿਹੜਾ ਹੈਗਾ ਉਹਦਾ ਦੁੱਖ ਹੀ ਸਮਝਣ ਦੀ ਲੋੜ ਹੈ ਅੱਜ ਹੀ ਸਵੇਰੇ ਪਟਿਆਲੇ ਤੋਂ ਇੱਕ ਸਕੂਲ ਦੇ ਅਧਿਆਪਕ ਦਾ ਮੈਨੂੰ ਫੋਨ ਆਇਆ ਮਿੱਤਰ ਦਾ ਜਿਹੜੀ ਉਹਨੇ ਗੱਲ ਦੱਸੀ ਉਹ ਅਣਬਖਿਆਥਰੂਆ ਵਰਗੀ ਹੈ ਰਣਜੀਤ ਜੀ ਜੀ ਉਹ ਕਹਿੰਦਾ ਮੇਰੇ ਸਕੂਲ ਦੇ ਵਿੱਚ 2200 ਬੱਚੇ ਪੜ੍ਹਦੇ ਨੇ ਹੁਣ ਸਕੂਲ ਖੁੱਲੇ ਨੇ ਤਾਂ ਅੱਜ ਕੁੱਲ 29 ਤੋਂ 30 ਬੱਚੇ ਆਏ ਨੇ ਪੜ੍ਹਨ ਵਾਸਤੇ ਤੇ ਕਿਤੇ ਅਸੀਂ ਜਾਣਕਾਰੀ ਗ੍ਰਹਿਣ ਇਹ ਕੀਤੀ ਹੈ ਕਿ ਬਹੁਤ ਸਾਰੇ ਜਿਹੜੇ ਕਿਰਤੀ ਪਰਿਵਾਰਾਂ ਦੇ ਬੱਚੇ ਨੇ ਉਹ ਸਕੂਲ ਆਉਣ ਦੀ ਥਾਂ ਦੇ ਉੱਤੇ ਮਾਪੇ ਇਹਨਾਂ ਨੂੰ ਦਿਹਾੜੀ ਭੇਜਣਾ ਸ਼ੁਰੂ ਕਰਦੇ ਤੇ ਦਿਹਾੜੀ ਦੇ ਘਰ ਜਾਣ ਭੇਜਣਾ ਸ਼ੁਰੂ ਕਰ ਦਿੱਤਾ। ਦਿੱਕੀ ਰਿੱਕੇ ਨੂੰ ਕੰਮਾਂ ਦੇ ਉੱਤੇ ਉਹ ਕੰਮੇ ਬਣ ਗਏ ਨੇ ਜਾ ਕੇ। ਇਹ ਜਿਹੜਾ ਕੋਵਿਡ ਦੇ ਸਿਲਸਿਰੇ ਦੇ ਵਿੱਚ ਸਾਡਾ ਸ਼ਿਫਟ ਹੋਇਆ ਵਿਦਿਆਰਥੀ ਕੰਮ ਵਿੱਚ ਸਾਡਾ ਕੰਮ ਹੈ ਇਹਨਾਂ ਦੇ ਵਿੱਚ ਕੀ ਕਰ ਰਿਹਾ ਉਹ 70% ਜਾ ਰਹੇ ਆ ਉਹ ਨੌਕਰੀ ਦੀ ਅਸਰੀ ਕਿਉਂ ਕੰਮ ਦਿਹਾੜੀ ਛੱਡ ਕੇ ਦੇ ਆ ਕੇ ਨਹੀਂ ਨਹੀਂ ਬਹਿਣ ਜੋਗਾ ਨਹੀਂ ਉਹ ਮੰਡੀਆਂ 'ਚ ਵੀ ਜਾਏਗਾ ਉਹ ਹੋਰ ਕੰਮਾਂ ਦਾ ਹੀ ਕਰੇਗਾ ਕਿ ਸਾਲ ਦੀ ਰੋਟੀ ਇਕੱਠੀ ਕਰਨੀ ਉਹਨੇ ਤਾਂ ਸੋ ਸਾਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ ਮੈਨੂੰ ਖਾਸ ਕਰਕੇ ਇਸ ਗੱਲ ਦੀ ਚਿੰਤਾ ਹੈ ਕਿ ਅਸੀਂ ਮਗਰੋਂ ਚਿੰਤਾ ਕਰਨ ਨਾਲੋਂ ਫਿਕਰ ਕਰਨ ਨਾਲੋਂ ਰੁਦਨ ਕਰਨ ਨਾਲੋਂ ਪਹਿਲਾਂ ਵੀ ਥੋੜਾ ਬੋੜਾ ਚਿੰਤਨ ਕਰ ਲਈਏ ਤੇ ਸ਼ਾਇਦ ਸਾਡੇ ਜਿਹੜੇ ਮਸਲੇ ਨੇ ਉਹ ਜਾਂਗਲੀ ਹੋਣ ਤੋਂ ਬਚ ਸਕਦੇ ਆ ਅੱਜ ਸਾਡੇ ਲਈ ਸਵਾਲ ਵੱਡਾ ਇਹੀ ਹੈ ਕਿ ਅਸੀਂ ਚਿੰਤਾ ਕਰਨੀ ਹੈ ਕਿ ਚਿੰਤਨ ਕਰਕੇ ਆਪਣੀ ਇਹ ਸਾਰੀ ਲਹਿਰ ਨੂੰ ਖਾਸ ਕਰਕੇ ਜਿਹੜੀ ਪ੍ਰੋਟੈਸਟ ਦੀ ਲਹਿਰ ਆ ਵਿਦਰੋਹ ਦੀ ਲਹਿਰ ਆ ਮਤਲਬ ਅਸਹਿਮਤੀ ਦੀ ਲਹਿਰ ਆ ਉਹਦੇ ਵਿੱਚ ਜ਼ਿੰਮੇਵਾਰਾਂ ਦਾ ਢੰਗ ਨਾਲ ਉਹਨਾਂ ਸ਼ਸਤਰਾਂ ਨਾਲ ਲੜਨਾ ਹੈ ਜਿਹੜੇ ਸ਼ਾਸਤਰ ਡਾਇਰੈਕਟ ਦੇ ਸ਼ਾਸਤਰ ਨੇ ਗੋਸ਼ਟ ਦੇ ਸ਼ਾਸਤਰ ਨੇ ਇਹਦੇ ਵੀ ਜਿਤ ਯਕੀਨੀ ਹੁੰਦੀ ਹੈ ਜਿਹੜਾ ਦਲੀਲ ਨਾਲ ਜਿਤਨਾ ਉਹ ਅੰਦਾਜ਼ ਸਾਡਾ ਬੜਾ ਪੁਰਾਣਾ ਹੈ ਔਰ ਉਸ ਨੂੰ ਨਿਭਾਉਣ ਦੀ ਲੋੜ ਹੈ ਜੀ ਅ ਗਿਲ ਸਾਹਿਬ ਮੈਂ ਥੋੜੀ ਜੀ ਗੱਲਬਾਤ ਆਪਾਂ ਕਰੋਨਾ ਤੋਂ ਬਾਰੇ ਕਰਾਂਗੇ ਜੀ ਕਰੋਨਾ ਦੀ ਅਪਡੇਟ ਆਪ ਤੋਂ ਲੈਣਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਕਰੋਨਾ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਥਿਤੀ ਹੈ ਕਿੰਨੇ ਕੇਸ ਨੇ ਜਾਂ ਕਿੰਨਾ ਕੁ ਸੀਰੀਅਸ ਹੈ ਜੀ ਮਾਮਲਾ ਹਾਂ ਜੀ ਵੇਖੋ ਦੋ ਗੱਲਾਂ ਮੇਰੇ ਮਨ ਦੇ ਵਿੱਚ ਨਾ ਬਾਰ-ਬਾਰ ਆ ਰਹੀਆਂ ਨੇ ਜੀ ਕਿ ਧਰਨਿਆਂ ਨੂੰ ਅੱਜ 20 ਦੇ ਉੱਤੇ ਦਿਨ ਹੋ ਗਏ ਜੀ ਨਾਲ-ਨਾਲ ਬੰਦੇ ਬੈਂਦੇ ਨੇ ਕੋਈ ਡਿਸਟੈਂਸਿੰਗ ਨਹੀਂ ਰੱਖਦੇ ਪਰ ਮੇਰੇ ਧਿਆਨ ਵਿੱਚ ਉਹ ਫਾਰਮਿੰਗ ਕਮਿਊਨਿਟੀ ਜਾਂ ਜਿਹੜੇ ਉੱਥੇ ਕੀਰਤੀ ਕੰਮ ਜਾਂਦੇ ਨੇ ਧਰਨਿਆਂ ਦੇ ਵਿੱਚ ਉਹਨਾਂ 'ਚ ਹੁਣ ਤੱਕ ਡਿਗਨਿਫਾਇਬਲ ਜਾਂ ਨੰਬਰ ਹੈ ਭਾਵੇਂ ਕੋਈ ਇੱਕ ਅੱਧਾ ਪੀੜਤ ਹੋਇਆ ਹੋਵੇ ਜਿਸ ਕਿਸੇ ਨੂੰ ਡਰਾਇਆ ਗਿਆ ਸੀ ਉਸ ਹੱਬ ਨਾਲ ਜੇ ਪੀੜਤ ਨਹੀਂ ਹੋਏ ਇਹ ਅਮਰੋ ਸੋਚਣਾ ਬਣਦਾ ਹੈ ਕਿ ਇਹ ਵਾਇਰਸ ਜਿਹੜਾ ਇਹ ਮਾਰ ਕਿੱਥੇ ਕਿੱਥੇ ਕਰਦਾ ਦੂਸਰੀ ਗੱਲ ਪਿਛਲੇ 24 ਘੰਟਿਆਂ ਚ ਪੰਜਾਬ ਚ ਸਭ ਤੋਂ ਘੱਟ ਮੌਤਾਂ ਹੋਈਆਂ ਨੇ 12 ਮੌਤਾਂ ਸਾਰੇ ਪੰਜਾਬ ਚ ਹੋਈਆਂ ਨੇ ਔਰ ਕੁੱਲ 617 ਕੇਸ ਆਏ ਨੇ ਔਰ ਸਿਰਫ ਇੱਕੋ ਹੀ ਮਰੀਜ਼ ਆਈਸੀਯੂ ਦੇ ਵਿੱਚ ਹੈ ਬਾਕੀ ਸਾਰੇ ਮਰੀਜ਼ ਜਿਹੜੇ ਨੇ ਉਹਨਾਂ ਚੋਂ ਲਗਭਗ ਸਮਝ ਲਓ ਕਿ 935 ਬੰਦੇ ਔਰਤਾਂ ਠੀਕ ਠਾਕ ਹੋ ਕੇ ਘਰ ਨੂੰ ਆਪਣੇ ਚਲੇ ਗਏ ਨੇ ਔਰ ਅੱਜ ਜਿਹੜਾ ਨੰਬਰ ਮੈਨੂੰ ਦੱਸਿਆ ਗਿਆ ਉਹਦੇ ਚ ਲੁਧਿਆਣੇ ਚ ਕੁੱਲ 43 ਨਵੇਂ ਕੇਸ ਆਏ ਨੇ ਜਲੰਧਰ ਚ ਸਭ ਤੋਂ ਵੱਧ ਨੇ ਉੱਥੇ 82 ਆਏ ਨੇ ਅੰਮ੍ਰਿਤਸਰ 47 ਆਏ ਨੇ ਬਠਿੰਡੇ 55 ਪਠਾਨਕੋਟ 38 ਮੁਕਤਸਰ ਸਾਹਿਬ ਚ 27 ਤੇ ਰੋਪੜ ਦੇ ਵਿੱਚ 18 ਕੇਸ ਆਏ ਨੇ ਤੇ ਗੁਰਦਾਸਪੁਰ 32 ਕੇਸ ਨਵੇਂ ਆਏ ਨੇ ਮੈਨੂੰ ਲੱਗਦਾ ਕਿ ਹੌਲੀ-ਹੌਲੀ ਲੋਕਚੇਤਨਾ ਹੀ ਵੱਧ ਰਹੀ ਹੈ ਇਹਦੇ باوجود ਜੇ ਕੇਸ ਘਟੇ ਨੇ ਤਾਂ ਇੱਕ ਤਸੱਲੀ ਦਾ ਅਧਾਰ ਹੋ ਸਕਦਾ ਹੈ ਔਰ ਸਾਨੂੰ ਇਸ ਨੂੰ ਮੇਨਟੇਨ ਕਰਨ ਦੀ ਲੋੜ ਹੈ ਸੁਰੱਖਿਅਤ ਰਹਿਣ ਦੀ ਲੋੜ ਹੈ ਠੀਕ ਹੈ ਜੀ ਇਹ ਤਾਂ ਕਰੋਨਾ ਦੀ ਗੱਲਬਾਤ ਹੈ ਜੀ ਕਰੋਨਾ ਤਾਂ ਖਤਰਨਾਕ ਹੈ ਇੱਕ ਗੱਲ ਸਾਬ ਜਿਹੜੀਆਂ ਕੁਝ ਖਬਰਾਂ ਨੇ ਜਿਹੜੀਆਂ ਕਿ ਚਿੰਤਾ ਚ ਪਾ ਦਿੰਦੀਆਂ ਨੇ ਵੈਸੇ ਤਾਂ ਕੁਝ ਖਬਰਾਂ ਇਸ ਤਰ੍ਹਾਂ ਦੀ ਆਉਂਦੀ ਰਹਿੰਦੀਆਂ ਨੇ ਕਿ ਵਿਅਕਤੀਆਂ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਪਰ ਅੱਜ ਦੀ ਅਖਬਾਰ ਦੇ ਵਿੱਚ ਇੱਕ ਖਬਰ ਸੀ ਕਿ ਪਰਿਵਾਰ ਸਮੇਤ ਇੱਕ ਵਿਅਕਤੀ ਨੇ ਜਿਹੜੀ ਇਹ ਖੁਦਕੁਸ਼ੀ ਕੀਤੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ ਕੇ ਜਿਹੜਾ ਜੀ ਮਨ ਬੜਾ ਦੁਖੀ ਹੁੰਦਾ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਵੇਖੋ ਮਨ ਨੁਖੀ ਤਾਂ ਹੁੰਦਾ ਪਰ ਮਨ ਦੁਖੀ ਹੋਣਾ ਨਹੀਂ ਚਾਹੀਦਾ ਜੀ ਦੁਖੀ ਅਸਲੀ ਨਹੀਂ ਹੋਣਾ ਚਾਹੀਦਾ ਕਿ ਇਹ ਵਰਤਾਰਾ ਜਿਹੜਾ ਹੈਗਾ ਇਹ ਸਾਡੇ ਮਨ ਅੰਦਰ ਬੈਠੀ ਜਿਹੜੀ ਜ਼ਾਲਮਾਨਾ ਪ੍ਰਵਿਰਤੀ ਹੈ ਉਹਨੂੰ ਕਿਹੜੀ ਸ਼ਕਤੀ ਪੈਦਾ ਕਰ ਗਈ ਉਹ ਵਿਚਾਰਨ ਦੀ ਲੋੜ ਹੈ ਕੱਲਾ ਉਦਾਸ ਹੋ ਕੇ ਮਸਲੇ ਹੱਲ ਨਹੀਂ ਹੁੰਦੇ ਜਿਹੜਾ ਵੀ ਤੁਸੀਂ ਡੈਥ ਨੋਟ ਪੜ੍ਹਦੇ ਹੋ ਖਾਸ ਕਰਕੇ ਜਿਹਦੇ ਪੂਰਾ ਟੱਬਰ ਮਰਦਾ ਹੈ ਉਹ ਡੈਥ ਨੋਟ ਪੜਨ ਵਾਲਾ ਹੁੰਦਾ ਉਹਦੇ 'ਚ ਜਨਰਲ ਬਣਦਾ ਹੈ ਕਿ ਆਖਿਰ ਕਿਹੜੇ ਹਾਲਾਤ ਨੇ ਜਿਹਦੇ ਕਰਕੇ ਉਹ ਬੰਦਾ ਇੱਕ ਫੁੱਲਾਂ ਵਰਗਾ ਆਪਣਾ ਬੱਚਾ ਜਿਹਦੀ ਉਮਰ 14 ਸਾਲ ਹੈ ਾਰੂਸ਼ ਜਿਹਦੀ ਧੀ ਫੁੱਲਾਂ ਦੀ ਉਮਰ ਦੀ 10 ਸਾਲ ਦੀ ਕੁਲ ਮੁਸਕਾਨ ਬੀਬੀ ਉਹਦੀ 38 ਸਾਲ ਦੀ ਬਹੁਤ ਅੱਛੇ ਚਿਹਰੇ ਤੇ ਅੱਛੀ ਸਿਰਤ ਦੀ ਮਾਲਕ ਦਿਸ ਰਹੀ ਹੈ ਫੋਟੋ ਦੇ ਵਿੱਚ ਵੇਖੀਏ ਮੈਂ ਔਰ ਆਪ ਵੀ ਮਿਸਟਰ ਦਵਿੰਦਰ ਗਰਗ ਜਿਹੜੇ ਨੇ ਉਹ ਇੱਕ ਰਿਸਟ ਪੁਸ਼ਟ ਸਿਹਤਯਾਬ ਭਰਾ ਲੱਗਦੇ ਨੇ ਉਹ ਪਹਿਲਾਂ ਜੀਵਨ ਸਾਥਣ ਮਾਰਦੇ ਨੇ ਪਿਸਤੌਲ ਆਪਣੇ ਨਾਲ ਬੱਚਿਆਂ ਨੂੰ ਮਾਰਦੇ ਨੇ ਤੇ ਚੌਥੇ ਥਾਂ ਦੇ ਉੱਤੇ ਆਪਣੇ ਹਿੱਕ 'ਚ ਗੋਲੀ ਮਾਰ ਕੇ ਮਰ ਜਾਂਦੇ ਨੇ ਪਰ ਆਪਣਾ ਪਿੱਛੇ ਇੱਕ ਡੈਥ ਰੂਟ ਛੱਡ ਜਾਂਦੇ ਨੇ ਇਹ ਚ ਕਹਿੰਦੇ ਨੇ ਕਿ ਆਹ ਬੰਦੇ ਨੌ ਨੇ ਜਿਨ੍ਹਾਂ ਨੇ ਮੇਰੇ ਲਈ ਕ੍ਰੀਏਟ ਕੀਤਾ ਹਾਲਾਤ ਹੀ ਕ੍ਰੀਏਟ ਕੀਤੇ ਨੇ ਪੈਦਾ ਕੀਤੇ ਨੇ ਤੇ ਮੈਂ ਇਹਨਾਂ ਦੇ ਦੁੱਖੋਂ ਮਰ ਰਿਹਾ ਹਾਂ ਉਹ ਹੁਣ ਠੀਕ ਹੈ ਕਿ ਪੁਲਿਸ ਨੇ ਸਾਰੇ ਬੰਦੇ ਫੜ ਲਏ ਜਿਹੜੇ ਮਰ ਗਏ ਉਹਨਾਂ ਲਈ ਕੰਡੀਸ਼ਨਸ ਜਿਹੜੀਆਂ ਨੇ ਇਹਨਾਂ ਨੌ ਬੰਦਿਆਂ ਨੇ ਖਰਾਬ ਨਹੀਂ ਕੀਤੀਆਂ ਪੂਰੇ ਸਮਾਜ ਦੇ ਅੰਦਰ ਇੱਕ ਐਸਾ ਤਣਾ ਤਣਾ ਬਣ ਗਿਆ ਜਿਦੇ ਚ ਅਸੀਂ ਨਿੱਕੇ ਨਿੱਕੇ ਲਾਲਚ ਦੇ ਕੇ ਲਿੱਕਣੇ ਕੇ ਸੁਫਨੇ ਪਾਲ ਕੇ ਕਰਜ਼ਾਈ ਹੋ ਜਾਂਦੇ ਆ ਕਰਜ਼ਾ ਦੇਣ ਵਾਲਾ ਵੀ ਬੇਰਹਿਮ ਹੋ ਜਾਂਦਾ ਲੈਣ ਵਾਲਾ ਵੀ ਘਿਰ ਜਾਂਦਾ ਤੇ ਅਲਟੀਮੇਟਲੀ ਟਕਰਾਓ ਦੀ ਥਾਂ ਦੇ ਉੱਤੇ ਅਸੀਂ ਇੱਕ ਐਸਕੇਪ ਲੱਭਦੇ ਆ ਆਪਣੇ ਉਹਨੂੰ ਮਾਰ ਕੇ ਮੁਕਤ ਹੋਣ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਕਹਿੰਦੇ ਆ ਕਿ ਜਿਨ੍ਹਾਂ ਨੇ ਸਾਨੂੰ ਮਾਰਨ ਦੇ ਹਾਲਾਤ ਪੈਦਾ ਕੀਤੇ ਨੇ ਉਹ ਵੀ ਸੁੱਕੇ ਕਿਉਂ ਜਾਣ ਇੱਕ ਤਾਂ ਬਰੇਗਿਆ ਨੌ ਟੰਬਰ ਜਿਹੜੇ ਨੌ ਜੀਆਂ ਨੂੰ ਅਰੈਸਟ ਕੀਤਾ ਗਿਆ ਨੋਟ ਕਰੋ ਅੱਜ ਤੋਂ ਹੀ ਸਮਝ ਲਓ ਜਦੋਂ ਉਹਨਾਂ ਨੂੰ ਹਥਕੜੀ ਲੱਗ ਗਈ ਉਹ ਤੋਂ ਬਾਅਦ ਚ ਉਹ ਜਿਹੜੇ ਨੇੜਾ ਤੁਰਪ ਹੈ ਇਹ ਕਠਿਨਾਵਾਂ ਇਕੱਲੀਆਂ ਬਠਿੰਡੇ ਦੀਆਂ ਨਹੀਂ ਹਨ ਇਹਦੇ ਗੁਰਦਾਸਪੁਰ ਰੌਨਲਡ ਆ ਉਹ ਉਸੇ ਤਰ੍ਹਾਂ ਦਿਨਾਂ ਨਾਲ ਅੰਬਰਸਰ ਪਠਾਨਕੋਟ ਬਟਾਲਾ ਜਲੰਧਰ ਨਕੋਦਰ ਨਵਾਂ ਸ਼ਹਿਰ ਸਾਰਾ ਕੁਝ ਅਵੇਲੇਬਲ ਹੈ ਉੱਥੇ ਇਸ ਕਿਸੇ ਦੁਖਦਾਰ ਜਿਹੜੇ ਲੋਕਾਂ ਦੇ ਔਰ ਮੰਦੀਆਂ ਖਬਰਾਂ ਜਿਹੜੀਆਂ ਨੇ ਜਿਵੇਂ ਅੰਬਰਸਰ ਨੂੰ ਪਿੱਛੇ ਤੋਂ ਨਹੀਂ ਖਬਰ ਆਈ ਸੀ ਇੱਕ ਸਰਵ ਇਨਸਪੈਕਟਰ ਦੇ ਸਤਾਏ ਹੋਏ ਇੱਕ ਗੋਲਡਸਮਿਥ ਸੁਨਾਰੇ ਪਰਿਵਾਰ ਦੇ ਦੋ ਜੀਆ ਨੇ ਕੁਝ ਕੁਛ ਕਰ ਲੇ ਸੋ ਕੁੱਲ ਮਿਲਾ ਕੇ ਜਿਹੜਾ ਸਾਰਾ ਇੱਕ ਬਰਤਾਰਾ ਦੇ ਬਿਹਾਰ ਬੇਰਮ ਹੋ ਗਿਆ ਨਾ ਮੰਨਦਾ ਕਾ ਕਰਕੇ ਇੱਕ ਪੈਸੇ ਦੀ ਲੈਂਡ ਦੇਣ ਦੀ ਹੋੜ ਦੇ ਵਿੱਚ ਜਿਹੜਾ ਅਸੀਂ ਰਾਤੋ ਰਾਤ ਵੀਰ ਹੋਣ ਦੀ ਗੱਲ ਕਹਿ ਲੋ ਜਾਂ ਅਸੀਂ ਸਰਮਾਇਏ ਦੀ ਗੁਲਾਮੀ ਕਰਨ ਲੱਗ ਗਏ ਆ ਉਹਦੇ ਆਧਾਰ ਦੇ ਉੱਤੇ ਇਸ ਕਿਸਮ ਦਾ ਬਰਤਾਰਾ ਜਿਹੜਾ ਬਣ ਗਿਆ ਮਰਨੂ ਸਕੇਪ ਲੱਭ ਕੇ ਜਿਉਣ ਨਾਲੋਂ ਮਰਨਾ ਸੌਖਾ ਲੱਗਣ ਲਿਆ ਸੀ ਇਸ ਬਾਰੇ ਵੀ ਸੋਸ਼ੀਓਲੋਜਿਸਟਾਂ ਨੂੰ ਸਾਡਿਆਂ ਨੂੰ ਮਨੋਵਿਗਿਆਨੀਆਂ ਨੂੰ ਵਿਸ਼ਲੇਸ਼ਣ ਕਰਨੇ ਚਾਹੀਦੇ ਨੇ ਰਿਪੋਰਟਸ ਤਿਆਰ ਕਰਨੇ ਚਾਹੀਦੇ ਨੇ ਕਿਹੜੇ ਹਾਲਾਤ ਨੇ ਜਿਹਦੇ ਚ गिर ਕੇ ਬੰਦਾ ਖੁਦਕੁਸ਼ੀ ਦਾ ਰਾਹ ਤੁਰਦਾ ਜਿਵੇਂ ਕਿਸਾਨ ਖੁਦਕੁਸ਼ੀਆਂ ਬਾਰੇ ਕਿਸੇ ਵਕਤ ਸਟੱਡੀ ਕਰਵਾਈ ਸੀ ਪੰਜਾਬ ਗਵਰਨਮੈਂਟ ਨੇ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਟੱਡੀ ਕੀਤੀ ਦੱਸਿਆ ਸੀ ਕਿ ਕਾਰਨ ਕਿਹੜੇ ਨੇ ਨਾਲ ਹੀ ਉਹਦੇ ਕੁਝ ਹਾਲ ਦੱਸੇ ਸੀ ਪ੍ਰੋਜੈਕਟ ਕੀਤਾ ਸਾਡੇ ਯੂਨੀਵਰਸਿਟੀ ਦੇ ਸਾਇੰਟਿਸਟਾਂ ਨੇ ਕਿ ਕਿਵੇਂ ਉਸ ਤੋਂ ਮੁਕਤੀ ਹਾਸਲ ਕਰਨੀ ਹੈ ਇਸ ਕਰਕੇ ਅਸੀਂ ਇੱਕ ਵੱਡੀ ਅੰਨੀ ਸੁਰੰਗ ਦੇ ਵਿੱਚ ਜਾਵੜੇ ਆਂ ਔਰ ਉਸ ਤੋਂ ਨਿਕਲਣ ਵਾਸਤੇ ਇਹ ਸਿਰਫ ਸਪੈਸਿਮਨ ਨੇ ਬਿਸਤਵਿੰਦਰ ਗਰਗ ਔਰ ਉਸਦੀ ਫੈਮਿਲੀ ਇਹ ਇੱਕ ਨਮੂਨਾ ਹੈ ਤੇ ਨਮੂਨੇ ਨੂੰ ਸੈਂਪਲ ਨੂੰ ਹੀ ਲੈ ਕੇ ਜੇ ਤੁਸੀਂ ਆਪਣੇ ਆਪ ਨੂੰ ਠੀਕ ਕਰਨ ਦੇ ਰਾਹ ਤੁਰਕੋ ਤਾਂ ਮੇਰਾ ਖਿਆਲ ਹੈ ਕਿ ਇਹ ਵੀ ਦਿਨ ਇੱਕ ਰੈਡ ਲੈਟਰ ਡੇ ਕਿਹਾ ਜਾ ਸਕਦਾ ਹੈ ਠੀਕ ਹੈ ਜੀ ਗਿਲ ਸਰ ਅੱਜ ਇੱਕ ਬਹੁਤ ਵੱਡੀ ਖਬਰ ਹੈ ਜੀ ਖਾਸ ਤੌਰ ਤੇ ਪੰਜਾਬੀ ਗੀਤ ਸੰਗੀਤ ਦੇ ਬਾਰੇ ਜੇਕਰ ਗੱਲ ਕਰੀਏ ਤੇ ਬਹੁਤ ਪ੍ਰਸਿੱਧ ਜਿਹੜੇ ਗਾਇਕ ਨੇ ਕੇ ਦੀਪ ਉਹ ਛੱਡ ਗਏ ਨੇ ਜੀ ਇਸ ਦੁਨੀਆ ਨੂੰ ਤੇ ਮੈਂ ਚਾਹਵਾਂਗਾ ਕਿ ਤੁਸੀਂ ਆਪਣੇ ਸ਼ਬਦਾਂ ਵਿੱਚ ਉਹਨਾਂ ਬਾਰੇ ਸਾਨੂੰ ਜਰੂਰ ਦੱਸੋ ਕੇ ਦੀਪ ਸਾਹਿਬ ਨਾਲ ਲਗਭਗ ਮੇਰਾ ਵਾ ਵਾਸਤਾ 49 ਸਾਲ ਪੁਰਾਣਾ ਸੀ ਜਦੋਂ ਮੈਂ 1971 ਚ ਲੁਧਿਆਣੇ ਆਇਆ ਉਦੋਂ ਇਹ ਚੜਤਾਂ ਸਿਖਰਾਂ ਤੇ ਸੀ ਉਸ ਵਕਤ ਸ਼ੁਰੂ ਹੋ ਚੁੱਕੀ ਸੀ। ਔਰ ਮੈਨੂੰ ਯਾਦ ਆ ਜਦ ਤਨ ਮੇਰਾ 10ਵਾਂ ਦਾ ਨਤੀਜਾ ਆਇਆ 1969 ਦੇ ਵਿੱਚ ਤੇ ਮੈਂ ਕਰਨਾਲ ਆਪਣੇ ਪੂਆਜ ਕੋਲ ਗਿਆ ਹੋਇਆ ਸੀ। ਤੇ ਮੈਂ ਪੈਦਲ ਜਾ ਰਿਹਾ ਸਬਜ਼ੀ ਮੰਡੀ ਦੇ ਵਿੱਚ ਇੱਕ ਲਾਟਰੀ ਵਾਲੇ ਨੇ ਲਾਉਡਸਪੀਕਰ ਲਾਇਆ ਹੋਇਆ ਸੀ। ਜਿੱਥੇ ਗੀਤ ਵਜ ਰਿਹਾ ਸੀ ਜਗਮੁਣ ਕੌਰ ਕੇ ਦੀਪ ਸਿੰਘ ਦਾ ਕਠਾ ਪਹਿਲਾ ਰਿਕਾਰਡ ਜਿਹੜਾ ਆ ਉਹ ਸੀ ਕਿ ਮੇਰੀ ਗੱਲ ਸੁਣੋ ਸਰਦਾਰ ਜੀ ਪੰਜ ਸੱਤ ਚੀਜ਼ਾਂ ਲੈਣੀਆਂ ਤੁਸੀਂ ਕਰਿਓ ਨਾ ਇਨਕਾਰ ਜੀ। ਉਹ ਗਿਣਦੀਏ ਜਗਮਉਂ ਕੋਲ ਗਿਣਦੇ ਨੇ ਕਿ ਕਿਹੜਾ ਕਿਹੜੀ ਕਿਹੜੀ ਚੀਜ਼ ਸਾਢੇ ਜੈਂਪਰ ਆ ਹੈ ਗਣ ਕੇ ਸਾਰਾ ਕੁਝ ਤੇ ਉਹ ਤੇਮਨਾਲ ਸ਼ੁਗਲ ਦਾ ਗੀਤ ਸੀ ਮੈਂ ਉਹ ਸੁਣਨ ਲੱਗ ਗਿਆ ਸੁਣ ਕੇ ਜਦੋਂ ਉਹਨੇ ਉਹਦੀ ਰਿਕਾਰਡ ਦਾ ਪਸਾ ਪਲਟਿਆ ਤੇ ਦੂਜੇ ਪਾਸੇ ਗੀਤ ਸੀ ਤੂੰ ਹੈ ਮੇਰਾ ਰਾਜਾ ਤੇ ਮੈਂ ਤੇਰੀ ਰਾਣੀ ਆ ਛੱਡੂਆ ਬਟਵਾ ਕੋਲ ਮੈਂ ਕੁਲਫੀ ਖਾਣੀ ਆ ਉਹ ਕਹਿੰਦਾ ਤੂੰ ਹੈ ਮੇਰੀ ਚੰਨੀ ਤੇ ਮੈਂ ਤੇਰਾ ਚੰਨਾ ਨਹੀਂ ਕੁਲਫੀ ਦਾ ਕੀ ਖਾਣਾ ਚੁੱਪ ਲੱਗਣਾ ਨਹੀਂ ਚਲੂਬਲੇ ਗੀਤ ਸੀ। ਅਰੋਚਨੂਬਲੇ ਗੀਤ ਜਿਹੜੇ ਨੇ ਉਹਨਾਂ ਦੀ ਸਰਦਾਰੀ ਰੱਖੀ ਹੈ ਕਾਇਮ ਲਗਭਗ 1995 ਤੋਂ 2000 ਤੱਕ ਜਗਮਉਨ ਕੌਰ ਜੀ ਨੇ ਤੇ ਅਰਤੀਦੀਪ ਸਾਹਿਬ ਨੇ। ਔਰ ਪੰਜਾਬੀ ਦੇ ਵਿੱਚ ਰਿਕਾਰਡਿੰਗ ਦਾ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਹਾਸ ਵਿਅੰਗ ਦਾ ਸਕਿਟ ਦਾ ਉਹ ਕਾਮੇਡੀ ਦਾ ਉਹ ਕੇ ਦੀਪ ਸਾਹਿਬ ਉਹਦੇ ਪਾਇਨੀਅਰ ਕਹਿ ਜਾ ਸਕਦੇ ਨੇ ਔਰ ਸਰਮੁਖ ਸਿੰਘ ਆਜ਼ਾਦ ਇੱਕ ਹੁੰਦੇ ਸਾਡੇ ਗੀਤਕਾਰ ਬੜੇ ਵੱਡੇ ਲੁਧਿਆਣੇ ਚ ਉਹ ਉਹਨਾਂ ਦੇ ਸਾਥੀ ਸਹਿਯੋਗੀ ਹੁੰਦੇ ਸੀ ਔਰ ਉਹਨਾਂ ਨੇ ਆਪਣਾ ਵਖਰਾ ਮੱਖਣ ਤੇ ਟੱਕਣ ਇੱਕ ਉਹ ਉਹਨਾਂ ਸਿਰੀ ਚੱਲਦੀ ਸੀ ਇਹਨਾਂ ਦਾ ਚੱਲਦਾ ਸੀ ਪੋਸਟੀ ਮਾਈ ਮੋਨੋ ਤੇ ਪੋਸਟੀ ਉਹ ਮੇਰੇ ਕੋਲ 7 ਕੇ 8 ਰਿਕਾਰਡ ਜਿਹੜੇ ਨੇ ਐਚ ਐਮ ਵੀ ਨੇ ਪ੍ਰੋਡਿਊਸ ਕੀਤੇ ਔਰ ਗੀਤਾਂ ਦੇ ਬਰਾਬਰ ਪਿੰਡਾਂ ਸੁਨੇ ਜਾਂਦੇ ਸੀ ਜਿਸ ਕਰਕੇ ਮਾਈ ਮੋਨੋ ਪਿੰਡ ਜਿਹਾ ਗੋਣਕਾਰ ਬਣ ਜਾਂਦੇ ਸੀ ਔਰ ਕੇਦੀਪ ਸਾਹਿਬ ਪੋਸਟੀ ਦੇ ਕਿਰਦਾਰ ਨੂੰ ਨਿਭਾਉਂਦੇ ਸੀ ਔਰ ਜਿੰਨੀ ਆਵਾਜ਼ ਵੇਰੀਏਸ਼ਨ ਸੀ ਉਹਨਾਂ ਦੀ ਉਹ ਵੀ ਆਪਣੇ ਵਿੱਚ ਕਮਾਲ ਸੀ ਮੇਰੇ ਕੋਈ ਦੁਨੀਆ ਦਾ ਸਾਜ਼ ਨਹੀਂ ਇਹਨਾਂ ਨੂੰ ਨਾਲ ਨਹੀਂ ਸਿਵਾ ਲੈਂਦੇ ਜਗਦੀਪ ਸਾਹਿਬ ਦਾ ਜਦੋਂ ਜਗਮਉਨ ਜੀ ਨਾਲ ਵਿਆਹ ਹੁੰਦਾ ਉਦੋਂ ਪਹਿਲਾਂ ਉਹ ਜਗਮਉਨ ਕੌਰ ਹੋਰਾਂ ਨੂੰ ਪਹਿਲਾਂ ਨਰਿੰਦਰ ਵਿੱਬਾ ਜੀ ਨਾਲ ਵੀ ਰਿਕਾਰਡਿੰਗ ਕਰਵਾ ਚੁੱਕੇ ਸੀ ਔਰ ਉਹਨਾਂ ਦੇ ਵਿਆਹ ਬਾਰੇ ਜਿਹੜੀ ਗੱਲ ਮੈਨੂੰ ਜਗਮਉਨ ਕੌਰ ਜੀ ਦੇ ਸਤਕਾਰਯੋਗ ਮਾਤਾ ਜੀ ਮਾਤਾ ਜੀ ਪ੍ਰਕਾਸ਼ ਕੌਰ ਨੂੰ ਦੱਸੀ ਉਹ ਮੈਂ ਤੁਹਾਡੇ ਸਾਹਮਣੇ ਜਰੂਰ ਕਰਨੀ ਚਾਹਣਾ ਉਹ ਇੱਥੇ ਲੁਹਣੇ ਆਏ ਹੋਏ ਸੀ ਇੱਥੇ ਪੰਜਾਬ ਮੰਦਲ ਦੀ ਭੈਣ ਜੀ ਰਹਿੰਦੇ ਜਗਮਉਨ ਕੌਰ ਜੀ ਤੇ ਮਾਤਾ ਜੀ ਨੇ ਗੱਲ ਸੁਣਾਈ ਮੈਂ ਕਿਹਾ ਮਾਤਾ ਜੀ ਇਹਨਾਂ ਦਾ ਵਿਆਹ ਕਿੱਦਾਂ ਹੋਇਆ ਸੀ ਐਂ ਜਿਹਦਾ ਕਹਿੰਦੇ ਪੁੱਤ ਅਸੀਂ ਗਏ ਸੀ ਕਲਕੱਤੇ ਮੋਣੀ ਗਈ ਸੀ ਕੋ ਮੋਣੀ ਕਰਦੇ ਵਿੱਚ ਮੋਣੀ ਕਹਿੰਦੇ ਨੇ ਸੋਨਾਂ ਨੂੰ ਮੋਣੀ ਕਲਕੱਤੇ ਗਈ ਹੋਈ ਸੀ ਉਧਰੋਂ ਕੇਦੀਪ ਸਾਹਿਬ ਵੀ ਗਏ ਹੋਏ ਸੀ ਜੇ ਕਿਸੇ ਜੱਗੇ ਨਾਲ ਸੀ ਗਏ ਹੋਏ ਸੀ ਇਹ ਕੇਦੀਪ ਸਾਹਿਬ ਆਪਣੇ ਟ੍ਰਿਪ ਚ ਗਏ ਹੋਏ ਸੀ ਮੁੰਡਾ ਵੀ ਸੋਹਣਾ ਸੀ ਕੁੜੀ ਵੀ ਮੇਰੀ ਸੁਖਨਾ ਸੋਹਣੀ ਸੀ ਮੈਨੂੰ ਤਾਂ ਪਤਾ ਨਹੀਂ ਲੱਗਣ ਦਿੱਤਾ ਨਾ ਕਦੋਂ ਆਪਸ ਚ ਅੱਖਾਂ ਚ ਮਿਲਾ ਲਈਆਂ ਤੇ ਦੀਪ ਸਾਹਿਬ ਕਹਿੰਦੇ ਵੀ ਮੈਂ ਤੁਹਾਡੇ ਨਾਲ ਗੀਤ ਗਾਉਣਾ ਚਾਹੁੰਦਾ ਡਿਊਟ ਤਦ ਕਿਹੜਾ ਗੀਤ ਆਉਂਦਾ ਇਹਦੀ ਮੈਂ ਮਾੜੀ ਕਿਸਮਤ ਨੂੰ ਕਹਿ ਬੈਠੀ ਮੈਨੂੰ ਸਾਬਰ ਹੁਸੈਨ ਸਾਬਰ ਦਾ ਹੀ ਰਿਕਾਰਡਡ ਗੀਤ ਉਹਨੇ ਜਿੰਨੇ ਪਾਪਰ ਹੁੰਦਾ ਸੀ ਹੁੰਦਾ ਸੀ ਬੈਠਾ ਨੇ ਮਥਲੇ ਨਹੀਂ ਜਵਾਈ ਤੇਰੇ ਬਾਪ ਦਾ ਤੇ ਅੱਗੋਂ ਬੁਟਾਰ ਕਹਿੰਦੀ ਹੈ ਕਿ ਪੈਸਾ ਹੈ ਨਹੀਂ ਪੱਲੇ ਵੇ ਗੁਟਾਰ ਵਾਂਗੂ ਝਾਕਦਾ ਇਹ ਜ਼ਿੰਦਗੀ ਚ ਪਹਿਲਾ ਗੀਤ ਸੀ ਕਰਤਿੱਤੇ ਦੀ ਸਟੇਜ ਤੇ ਜਗਮੁਣ ਕੌਰ ਤੇ ਕੇਦੀਪ ਸਾਹਿਬ ਨੇ ਇਕੱਠਾਇਆ ਤੇ ਬੀਬੀ ਪ੍ਰਕਾਸ਼ ਕੌਰ ਦੱਸਦੇ ਨੇ ਮਦਰ ਉਹਨਾਂ ਦੇ ਵੀ ਮੈਂ ਪ੍ਰਵਾਨਗੀ ਦੇ ਦਿੱਤੀ ਚਲ ਕੋਈ ਨਹੀਂ ਬੱਚੇ ਗਾ ਲੋ ਕੁਝ ਨਹੀਂ ਹੁੰਦਾ ਇਹਦੀ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਆਪਸ ਦੇ ਵਿੱਚ ਜੀਵਨ ਸਾਥੀ ਬਣ ਜਾਣਾ ਇਹ ਬਾਅਦ ਵਿੱਚ ਆਪਣੀ ਮਰਜ਼ੀ ਨਾਲ ਇਹਨਾਂ ਨੇ ਜਦੋਂ ਪਲਾਨ ਕਰ ਲਿਆ ਤੇ ਜਿਹੜਾ ਹਾਰ ਪਹਿਲਾ ਹਾਰ ਇਹਨੇ ਗੱਲ ਚ ਪਾਇਆ ਫੁੱਲਾਂ ਦਾ ਗੇਂਦਿਆ ਦਾ ਫੁੱਲਾਂ ਦਾ ਹਾਰ ਉਹ ਡਾਕਟਰ ਐਮ ਐਸ ਰਜ਼ਾਵਾ ਨੇ ਪਾ ਕੇ ਇਸ ਨੂੰ ਦੰਪਤੀ ਨੂੰ ਪਹਿਲੀ ਅਸ਼ੀਰਵਾਦ ਦਿੱਤੀ ਔਰ ਉਹ ਅਸ਼ੀਰਵਾਦ ਹੀ ਸਾਰੀ ਦੁਨੀਆ ਦੇ ਉੱਤੇ ਰਾਜ ਕਰਦੀ ਰਹੀ ਲੰਮਾ ਸਮਾਂ ਜਗਵੰਤ ਕੌਰ ਜੀ ਨੇ ਲੰਮੀ ਏਕ ਦੇ ਗੀਤ பாਵੇਂ ਮਿਰਜ਼ਾ ਗਾਇਆ ਜਾਂ ਡਿਊਟਸ ਗਾਇਆ ਦੁਕਾਨੇ ਗਾਇਆ ਸੂਫੀ ਗਾਇਆ ਮੇਰਾ ਖਿਆਲ ਹੈ ਵੀ ਜੋ ਵੀ ਗਾਇਆ ਖੂਬ ਗਾਏ ਲੋਕੀਤ ਗਾਏ ਖੂਬ ਗਾਏ ਮੈਨੂੰ ਕੁਛ ਦਿਨ ਪਹਿਲਾਂ ਹੀ ਸ਼ਮਸ਼ੇਰ ਦੱਸ ਰਿਹਾ ਸੀ ਆਪਣਾ ਸੰਧੂ ਕਹਿੰਦੇ ਜਦੋਂ ਅਸੀਂ ਰਗਮੋਣ ਜੀ ਦੇ ਭਾਈ ਸਾਹਿਬ ਲਾਲੀ ਦੇ ਘਰ ਬੈਠੇ ਸਾਂ ਰਿਕਾਰਡਿੰਗ ਦਾ ਪਲਾਨ ਕਰ ਰਹੇ ਸੀ ਤੇ ਗੀਤ ਸਿਲੈਕਟ ਕਰ ਰਹੇ ਸਾਂ ਸਤ ਗੀਤ ਸਿਲੈਕਟ ਕਰ ਲਏ ਅਠਵੇਂ ਦੇ ਬਾਰੇ ਮਸਲਾ ਸੀ ਥੋੜਾ ਜਿਹਾ ਤੇ ਕਹਿੰਦੇ ਵੀ ਮੈਂ ਅਜੇ ਸੋਚ ਹੀ ਰਿਹਾ ਸਾਂ ਤੇ ਬੀਜੀ ਪਰਲੇ ਪਾਸਿਓਂ ਆਗੇ ਉਹਨਾਂ ਦੇ ਮਾਤਾ ਜੀ ਸਰਕਾਰ ਦੇ ਪ੍ਰਕਾਸ਼ ਕੌਰ ਕਹਿਣ ਲੱਗੇ ਕਹਿੰਦੇ ਮੋਣੀ ਤੂੰ ਗੀਤ ਵੀ ਰਿਕਾਰਡ ਕਰਾ ਦੇ ਤਾਂ ਜਿਹੜਾ ਅਸੀਂ ਨਿੱਕੀ ਜੀ ਹੁੰਦੀ ਸੀ ਤੂੰ ਐਵੇਂ ਛਾਂ ਜਾਈ ਤੇ ਤੂੰ ਮੇਰੇ ਨਾਲ ਸਿਰ ਜੋੜ ਕੇ ਗਾਉਂਦੀ ਹੁੰਦੀ ਸੀ ਇਹਦੇ ਭੈਣ ਜੀ ਜਗੋਂ ਇੱਕਦਮ ਸੋਫੇ ਤੋਂ ਉੱਠੇ ਤੇ ਮਾਤਾ ਨੂੰ ਕਹਿੰਦੇ ਮਾਤਾ ਚੱਲ ਥੱਲੇ ਬੈਠ ਛੱਲੇ ਕਿ ਇਹ ਲੋਕ ਗੀਤ ਜਿਹੜੇ ਹੁੰਦੇ ਨੇ ਕੁਰਸੀ ਤੇ ਦੇ ਮੇਜ਼ ਤੇ ਬੈ ਕੇ ਨਹੀਂ ਗਾਈਦੇ ਹੁੰਦੇ ਮੰਜੇ ਤੇ ਬੈ ਕੇ ਨਹੀਂ ਗਾਈਦੇ ਹੁੰਦੇ ਪੁੰਜੇ ਬੈ ਕੇ ਹੁੰਦੇ ਉਹ ਬਰਸਣ ਪੀਲਾ ਪੱਕੀਆਂ ਨਹੀਂ ਮੇਰੀ ਰਾਣੀਏ ਮਾਇ ਕੁ ਹੋਈਆਂ ਲਾਲ ਗਲਾਲ ਨਹੀਂ ਭਲੀਏ ਧੀਆਂ ਨੂੰ ਸਹਰੇ ਤੋਂ ਕਿ ਮੇਰੀਆਂ ਣੀਆਂ ਮਾਇ ਤੇਰਾ ਕਿਹਾ ਕੋ ਲੱਗਦਾ ਜੀ ਨਹੀਂ ਭਲੀਏ ਉਹ ਫਿਰ ਉਹਨਾਂ ਨੇ ਰਿਕਾਰਡ ਕਰਵਾਇਆ ਜਿਹੜਾ ਪਿਛਲੇ ਦਿਨੀ ਮੈਂ ਸੋਸ਼ਲ ਮੀਡੀਆ 'ਤੇ ਭੇਜਿਆ ਇਹਦੀਪ ਸਾਹਿਬ ਦਾ ਪਿੰਡ ਹਲਵਾਰੇ ਦੇ ਬਿਲਕੁਲ ਨਾਲ ਐਤੀਆਂ ਇੱਥੋਂ ਦੇ ਉਹ ਪੱਕੇ ਬਸਨੀਕ ਸੀ ਔਰ ਇਹਨਾਂ ਦੇ ਪਿਤਾ ਜੀ ਸਤਕਾਰਯੋਗ ਉਹ ਆਰਮੀ ਦੇ ਵਿੱਚ ਅਫਸਰ ਸਨ ਔਰ ਬਰਮਾ ਜਾਣ ਕਰਕੇ ਇਹਨਾਂ ਨੂੰ ਬਰਮਾ ਵਾਲੇ ਕਹਿੰਦੇ ਸੀ ਜੀ ਤੇ ਇਹਨਾਂ ਦੀ ਨਾ ਮਿਲਰਗੰਜ ਚ ਜਿਹੜਾ ਘਰ ਸੀ ਉਹਦਾ ਨਾਮ ਵੀ ਬਰਮਾ ਹਾਊਸ ਸੀ ਬਰਮਾ ਬਿਲਡਿੰਗ ਬਰਮਾ ਮੈਂਸ਼ਨ ਬਦਨ ਕੀ ਲਿਖਿਆ ਹੁੰਦਾ ਸੀ ਮੈਨੂੰ ਯਾਦ ਨਹੀਂ ਭੁੱਲ ਗਿਆ ਮੈਨੂੰ ਮੈਂ ਗਿਆ ਉਸ ਘਰ ਦੇ ਵਿੱਚ 1976 ਦੇ ਵਿੱਚ ਜਸਵੰਤ ਸਿੰਦੀਲਾ ਦੇ ਨਾਲ ਔਰ ਦੀਪ ਸਾਬ ਨਾਲ ਦਾ ਸੋਹਣਾ ਗੱਭਰੂ ਕੁਈਆ ਜੇ ਕੋਈ ਮੁਕਾਬਲੇ ਚ ਗਿਣਨਾ ਹੋਵੇ ਮੈਂ ਤਾਂ ਕਰਮਜੀਤ ਧੂਰੀ ਗਿਣ ਸਕਦਾ ਆਦਰਵਾਇਜ਼ ਇੰਨਾ ਸੋਹਣਾ ਗੋਈਆ ਮੈਂ ਵੇਖਿਆ ਨਹੀਂ ਐਨ ਸਟ੍ਰੇਟ ਫਾਰਵਰਡ ਸੋਹਣੇ ਵਸਤਰ ਪਾਉਣੇ ਨੇ ਸੋਹਣਾ ਪਹਿਰਾਵਾ ਪਾਉਣਾ ਸੋਹਣੀ ਗੱਲ ਕਰਨੀ ਹੈ ਸਲੀਕੇ ਨਾਲ ਗੱਲ ਕਰਨੀ ਹੈ ਅੰਗਰੇਜ਼ੀ ਬੋਲਣੀ ਤਾਂ ਅੰਗਰੇਜ਼ੀ ਫਨ ਫਨ ਬੋਲਣੀ ਪੰਜਾਬੀ ਚ ਗੱਲ ਕਰਨੀ ਉਰਦੂ ਦੀ ਨਫਾਸਤ ਦੀ ਗੱਲ ਕਰਨੀ ਵਧੀਆ ਕਮਾਲ ਕਰਨੀ ਹੈ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਤੇ ਲਗਭਗ ਕਈ ਸਾਲ ਲਗਾਤਾਰ ਉਹ ਗਾਉਂਦੇ ਰਹੇ ਦੋਵੇਂ ਜੀ ਔਰ ਮੈਨੂੰ ਯਾਦ ਆਉਂਦਾ ਹੈ ਕਿ ਡਾਕਟਰ ਕੇਕ ਰਪਾਲ ਸਿੰਘ ਹੁੰਦੇ ਸੀ ਉਦੋਂ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਤੇ ਜਿਹੜੀ ਕਮੇਟੀ ਹੁੰਦੀ ਸੀ ਉਹਨਾਂ ਨੂੰ ਬੁਲਾਉਣ ਵਾਲੇ ਉਹਨਾਂ ਡਾਕਟਰ ਐਸਐਸ ਦੁਸਾਨ ਜੀ ਹ ਔਰ ਇਸਨ ਸੇਵਕ ਸਾਹਿਬ ਨੂੰ ਬੜਾ ਪਿਆਰ ਸੀ ਔਰ 2002 ਦੇ ਵਿੱਚ ਪਾਕਿਸਤਾਨ ਦੇ ਡੈਲੀਗੇਸ਼ਨ ਚ ਜਦੋਂ ਗਏ ਨੇ ਇਕੱਠੇ ਤੇ ਅਸੀਂ ਪਹਿਲਾਂ ਗਏ ਹੋਏ ਸੀ ਸਾਨੂੰ ਉੱਥੇ ਮਿਲੇ ਨੇ ਔਰ ਕੇਦੀਪ ਜੀ ਸਾਹਿਬ ਨੇ ਉੱਥੇ ਬੜੀਆਂ ਰੌਣਕਾਂ ਲਾਈਆਂ ਕੇਦੀਪ ਸਾਹਿਬ ਦੀ ਖੂਬਸੂਰਤੀ ਇਹ ਸੀ ਕਿ ਚੰਗਾ ਕਲਾਮ ਪੜ੍ਹਦੇ ਬਹੁਤ ਸੀ ਔਰ ਇਸੇ ਕਰਕੇ ਸ਼ਿਵਪੁਰ ਬਟਾਲਵੀ ਦੀ ਜਦ ਤੋਂ ਬਾਅਦ ਜਿਹੜਾ ਪਹਿਲਾ ਰਿਕਾਰਡ ਰਿਲੀਜ਼ ਕੀਤਾ ਉਹ ਕੇਦੀਪ ਪ੍ਰਜਗਮਣ ਕਰ ਜੀ ਨੇ ਕੀਤਾ ਔਰ ਭਾਰਤ ਦੇ ਉਸ ਵਕਤ ਦੇ ਜਿਹੜੇ ਗ੍ਰਹਿ ਮੰਤਰੀ ਸੀ ਜਾਂ ਪੰਜਾਬ ਦੇ ਮੁੱਖ ਮੰਤਰੀ ਸ਼ਾਇਦ ਮੁੱਖ ਮੰਤਰੀ ਜੋਸ਼ ਗੜੇ ਦਾ ਗੈਨੀਜ਼ਲ ਸਿੰਘ ਉਹਨਾਂ ਨੇ ਉਸ ਨੂੰ ਰਿਲੀਜ਼ ਕੀਤਾ ਔਰ ਉਹ ਆਪਣੇ ਆਪ ਦੇ ਵਿੱਚ ਇੱਕ ਗਾੜੀਰਾ ਬਣ ਗਿਆ ਬਹੁਤ ਸਾਰੇ ਸਿੰਗਰਸ ਨੇ ਪਹਿਲਾਂ ਉਸੇ ਰਾਤ ਜਾ ਕੇ ਆਇਆ ਦੋ ਬੱਚੇ ਨੇ ਉਹਨਾਂ ਦੇ ਵੱਡਾ ਬੇਟਾ ਉਹਨਾਂ ਦਾ ਰਾਜਾ ਕੰਗ ਦਾ ਥੱਲੇ ਉਹ ਕੈਸਟ ਵੀ ਇੱਕ ਪ੍ਰੋਡਿਊਸ ਕਰ ਚੁੱਕਿਆ ਗਾ ਚੁੱਕਿਆ ਆਪ ਵੀ ਤੇ ਬੇਟੀ ਉਹਨਾਂ ਦੀ ਗੁਰਪ੍ਰੀਤ ਜਿਹਨੂੰ ਅਸੀਂ ਲਾੜ ਨਾਲ ਬਿੱਲੀ ਕਹਿੰਦੇ ਆ ਉਹ ਬੇਟੀ ਸਰੀਚ ਰਹਿੰਦੀ ਐ ਪਰ ਪਿਛਲੇ ਲਗਭਗ 6 ਮਹੀਨੇ ਤੋਂ ਆਪਣੇ ਪਿਤਾ ਜੀ ਦੀ ਬਰ ਬਾਰ ਫੁਰਸੀ ਵਾਸਤੇ ਇੱਥੇ ਆਈ ਹੋਈ ਸੀ। ਔਰ ਅੱਜ ਸ਼ਾਮ ਨੂੰ 4 ਵਜੇ ਭਾਰਤੀ ਟਾਈਮ ਅਨਸਾਰ ਉਹ ਦੀਪ ਨਰਸਿੰਘ ਹੋਮ ਦੇ ਵਿੱਚ ਮਾਲ ਟਾਉਨ ਦੇ ਵਿੱਚ ਸਾਨੂੰ ਉਸਦੀ ਵੀ ਅਰਦਾਸ ਕਹਿ ਗਏ। ਪਰ ਮੈਂ ਦੱਸ ਰਿਹਾ ਸੀ ਨੌਜਵਾਨ ਸਰਜੀਤ ਵਰਦੀ ਜਿਹੜਾ ਪੰਜਾਬ ਗੀਤਕਾਰ ਸਭਾ ਦਾ ਪ੍ਰਧਾਨ ਹੈ ਕਿ ਦੀਪ ਸਾਹਿਬ ਲਗਭਗ ਪਿਛਲੇ 10-15 ਦਿਨ ਤੋਂ ਆਈ ਸੀ ਯੂ ਦੇ ਵਿੱਚ ਲਾਈਫ ਸਪੋਰਟ ਤੇ ਸਨ। ਔਰ ਅੱਜ ਸਾਨੂੰ ਫਤਿਬ ਲਾ ਗਿਆ ਮੈਨੂੰ ਯਕਤ ਨਾ ਹੋਣੀ ਯਾਦ ਆਉਂਦੀ ਵਿੱਚ ਗੱਲ ਕਰਦਿਆਂ ਕਰਦਿਆਂ ਕੋਈ ਗੱਲ ਹੋਣੀ ਹੈ 2014 ਸ਼ੁਰੂ ਦੀ ਮੇਰੇ ਕੋਲ ਆਏ ਘਰ ਆਏ ਤੇ ਕਹਿਣ ਲੱਗੇ ਕਹਿੰਦੇ ਇਹਨੇ ਗੁਰਪ੍ਰਾਜਨਾ ਛੋਟੀ ਭਾਈ ਤੂੰ ਪ੍ਰਧਾਨ ਹੈ ਪੰਜਾਬੀ ਸਾਇੰਸ ਅਕੈਡਮੀ ਦਾ ਤੇ ਮੈਂ ਖ਼ਬਰਾਂ 'ਚ ਪੜਿਆ ਕਿ ਤੂੰ ਬਜ਼ਾਅਸਾਨੀ ਹਰਾਂ ਦੇ ਨਾਂ ਤੇ ਜਿਹੜਾ ਡਿਟੋਰੀਅਮ ਹੈ ਉਹਨੂੰ ਮੁਰੰਮਤ ਕਰਵਾ ਰਹੇ ਹਾਂ ਸਾਰਾ ਕੁਝ ਰੀਨੋਵੇਟ ਕਰਵਾ ਰਹੇ ਹਾਂ ਮੈਂ ਕਿਹਾ ਹਾਂਜੀ ਕਰਵਾ ਰਹੇ ਹਾਂ ਫਿਰ ਤੈਨੂੰ ਪਤਾ ਬਜ਼ਾਅਸਾਨੀ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਮੈਂ ਕਹਿੰਦੀ ਉਹਨੂੰ ਪਤਾ ਬੰਬੇ ਤੁਸੀਂ ਬੜਾ ਲੰਮਾ ਸਮਾਂ ਰਹੇ ਹੋ ਤੁਸੀਂ ਰਾਜਪੂਰ ਤੋਂ ਲੈ ਕੇ ਤੇ ਤਰਮਿੰਦਰਪਾਲ ਜੀ ਤੋਂ ਲੈ ਕੇ ਕਿਹੜਾ ਬੰਦਾ ਜਿਹਦੇ ਨਾਲ ਤੁਹਾਡਾ ਵਾਅ ਵਾਸਤਾ ਚੰਗਾ ਨਹੀਂ ਰਿਹਾ ਔਰ ਵਰਲਡ ਵਾਈਡ ਤੁਹਾਡਾ ਇੱਕ ਇੰਪੈਕਟ ਹੈ ਸਾਰੀ ਗੱਲ ਦਾ ਕਹਿੰਦੇ ਮੇਰੀ ਇੱਕ ਫੋਟੋ ਬੜੀ ਯਾਦਗਾਰੀ ਬਜ਼ਾਅਸਾਨੀ ਸਾਹਿਬ ਨਾਲ ਮੈਂ ਚਾਹੁੰਨਾ ਕਿ ਉਸ ਹਾਲ ਦੇ ਐਂਟਰੀ ਪੁਆਇੰ ਉਹ ਬੜੇ ਚਾਣ ਵਾਲੋ ਉਸ ਨੂੰ ਬਣਵਾ ਬਣਵਾ ਕੇ ਲਿਆਏ ਅਸੀਂ ਫਿਰ ਉਹ ਬਰਾਸਾਨੀ ਐਟੋਰੀਅਮ ਦੀ ਐਂਟਰੀ ਪੁਆਇੰਟ ਦੇ ਉੱਤੇ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਉਸ ਨੂੰ ਡਿਸਪਲੇ ਕੀਤਾ ਬੜੇ ਖੁਸ਼ ਹੋਏ ਬੜੇ ਖੁਸ਼ ਹੋਏ ਉਹ ਅੰਦਰੋਂ ਇੱਕ ਮਾਸੂਮ ਬੱਚੇ ਵਰਗੇ ਸਨ ਉਹ ਦਿਗਮੋਨ ਜਿਦੀ ਮਤਵਾ ਟੁੱਟ ਚੁੱਕੇ ਸੀ ਅੰਦਰੋਂ ਹਾਂ ਔਰ ਉਹਨਾਂ ਦੇ ਅੰਦਰ ਜਿਹੜੀ ਮਾਸੂਮੀਅਤ ਸੀ ਉਹ ਕਈ ਵਾਰ ਉਹਨਾਂ ਤੋਂ ਕਈ ਇਹੋ ਜਿਹੀਆਂ ਗੱਲਾਂ ਕਹਾ ਦਿੰਦੀ ਸੀ ਲੋਕਾਂ ਨੂੰ ਲੱਗਦਾ ਸੀ ਵੀ ਇਹ ਮਜ਼ਾਕ ਕਰਦੇ ਨੇ ਅਸਲ 'ਚ ਉਹ ਆਪਣੇ ਉਸ ਵੈਕਿਊਮ ਨੂੰ ਭਰ ਰਹੇ ਹੁੰਦੇ ਸੀ ਜਿਹੜਾ ਖਾਲੀਪਨ ਸੀ ਅੰਦਰਲੇ ਪਾਸੇ ਉਸ ਨੂੰ ਭਰ ਰਹੇ ਹੁੰਦੇ ਸੀ ਔਰ ਸੱਚ ਜਾਣਿਓ ਮੈਂ ਤਾਂ ਇਹੀ ਗਾਣਾ ਕਿ ਜਦੋਂ ਮਿਲ ਜਾਂਦੇ ਸੀ ਇੱਕ ਭਰੇ ਭਕੁੰਨੇ ਕਟੋਰੇ ਵਾਂਗ ਤੁਹਾਨੂੰ ਰਜਾ ਦਿੰਦੇ ਸੀ ਉਹਨਾਂ ਦੀਆਂ ਗੱਲਾਂ ਵਿੱਚ ਅੰਦਾਜ਼ ਵਿੱਚ ਚੰਗੇ ਕਲਾਮ ਨੂੰ ਗਾਉਣ ਦੀ ਸਿੱਖ ਇੰਨੀ ਪ੍ਰਬਲ ਸੀ ਕਿ ਉਹ ਉਮਰ ਦਾ ਵੀ ਆਪਣੀ ਦਾ ਕਈ ਵਾਰੀ ਖਿਆਲ ਨਹੀਂ ਸੀ ਕਰਦੇ 80 ਸਾਲ ਦੀ ਉਮਰ ਸੀ ਆਸਕਤ ਉਹਨਾਂ ਦੀ ਪਰ ਮੈਂ 2 ਸਾਲ ਪਹਿਲਾਂ ਵੀ ਉਹਨਾਂ ਨੂੰ ਉਹਨੇ ਹੀ ਚਾਰ ਨਾਲ ਗਾਉਂਦਿਆਂ ਵੇਖਿਆ ਮੂੰਹ ਨਾਲ ਹਾਰਮੋਨੀਅਮ ਦੀ ਤਰਜ਼ਾਂ ਕੱਢਦਿਆਂ ਵੇਖਿਆ ਜਿਹੜਾ ਹੁੰਦਾ ਆ ਵਕਕ ਸਾਜ਼ ਜਿਹੜੇ ਨੇ ਉਹ ਐਸੇ-ਐਸੇ ਵਜਾ ਜਾਂਦੇ ਸੀ ਕਿ ਰਾਜਸਥਾਨੀ ਸਾਜ਼ਾਂ ਨੂੰ ਮੂੰਹ ਨਾਲ ਵਜਾ ਜਾਂਦੇ ਸੀ ਆਪਣੇ ਹੱਥਾਂ ਨਾਲ ਵਜਾ ਜਾਂਦੇ ਸੀ ਕਿ ਬੰਦਾ ਪਰੇਸ਼ਾਨ ਹੋ ਜਾਂਦਾ ਸੀ ਆਵਾਜ਼ ਆ ਕਿੱਥੋਂ ਰਹੀ ਹੈ ਉਹ ਦੀਪ ਸਭ ਦੀ ਕਰਮਾਤ ਸੀ ਔਰ ਕੇ ਦੀਪ ਤਾਂ ਜਾਣਾ ਪੰਜਾਬੀ ਲੋਕ ਸੰਗੀਤ ਦੇ ਇੱਕ ਵੱਡੇ ਥੰਮ ਦਾ ਡੇਗਣਾ ਇਹਦੇ ਵਾਸਤੇ ਸਾਰੇ ਪੰਜਾਬੀ ਲਾਜ਼ਮੀ ਉਦਾਸ ਹੋਣਗੇ ਉਨਾਂ ਦੀਆਂ ਗੱਲਾਂ ਉਨਾਂ ਦੀਆਂ ਬਾਤਾਂ ਉਹਨਾਂ ਦਾ ਇੱਕ ਦੂਸਰੇ ਨਾਲ ਮਿਲਣ ਦਾ ਵਿਚਰਨ ਦਾ ਢੰਗ ਜਿਹੜਾ ਸੀ ਉਹ ਭਾਵੇਂ ਕੁਝ ਲੋਕਾਂ ਨੂੰ ਲੱਗਦਾ ਸੀ ਕਿ ਇਹ ਉਮਰ ਦੇ لحاظ ਨਾਲ ਸਹੀ ਨਹੀਂ ਪਰ ਉਹ ਜਿਉਂਦੇ ਬਹੁਤ ਵਧੀਆ ਸੀ ਯਾਰ ਚਾਹ ਬੜਾ ਲੈਂਦੇ ਸੀ ਲੁਧਿਆਣੇ ਜਾਜੂ ਨਾਲ ਜਾਣਾ ਲੁਧਿਆਣੇ ਦੀ ਇੱਕ ਵਕੀ ਨੂੰ ਹਮਜੁਰਕ ਤੀਰ ਮੰਗ ਵਜਿਆ ਕੁਦਰਤ ਨੇ ਉਹਨਾਂ ਨੂੰ ਜੇ ਹੋਰ ਅਰਜ਼ਾ ਦਿੱਤੀ ਹੁੰਦੀ ਤਾਂ ਸ਼ਾਇਦ ਅਸੀਂ ਵੱਧ ਸਮਾਂ ਉਹਨਾਂ ਤੋਂ ਫਾਇਦਾ ਲੈ ਸਕਦੇ ਜੀ ਅ ਜਿੱਥੇ ਅੱਜ ਕੇਦਰੀ ਪ੍ਰੂਣਾ ਦੇ ਜਾਂਦੇ ਉੱਤੇ ਸਾਰੇ ਸੰਗੀਤ ਪ੍ਰੀਮੀਅਰ ਨੂੰ ਯਾਦ ਕਰ ਰਹੇ ਨੇ ਗਿਲਸਾ ਉੱਥੇ ਅੱਜ ਮਹਾਰਾਜ ਦਲੀਪ ਸਿੰਘ ਜੀ ਨੂੰ ਯਾਦ ਕੀਤਾ ਜਾ ਰਿਹਾ ਜੇ ਉਹਨਾਂ ਦੀ ਪਰਸੀ ਦੇ ਉੱਤੇ ਮੈਂ ਚਾਹਾਂਗਾ ਕਿ ਥੋੜੇ ਸ਼ਬਦਾਂ ਵਿੱਚ ਤੁਸੀਂ ਉਹਨਾਂ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ ਅ ਤੁਸੀਂ ਸਾਰੇ ਜਾਣਦੇ ਹੋ ਕਿ ਮਹਾਰਾਜ ਦਲੀਪ ਸਿੰਘ ਜੀ ਉਹ ਮਹਾਰਾ ਰਣਜੀਤ ਸਿੰਘ ਹਰਾਂ ਦੇ ਸਭ ਤੋਂ ਛੋਟੇ ਪੁੱਤਰ ਸੀ ਔਰ ਸਭ ਤੋਂ ਨਿੱਕੀ ਉਮਰ ਦੇ ਉਹ ਸੋਵਰਨ ਕਿੰਗ ਸੀ ਉਸ ਵਕਤ ਦੀ ਹਕੂਮਤ ਦੇ ਲਾਹੌਰ ਦਰਬਾਰ ਦੇ ਜਿਹੜੀ 40 ਸਾਲ ਵਿਰਾਸਤ ਸਾਨੂੰ ਬਣਾ ਕੇ ਦਿੱਤੀ ਬੜੀ ਮਿਹਨਤ ਨਾਲ ਪਰ ਰੰਜੀਸੁਰਾ ਨੇ ਔਰ ਇੱਕ ਖਾਸ ਚਾਲ ਅਦੀਨ ਉਹਨਾਂ ਤੋਂ ਵਿਰਾਸਤ ਖੋਹਣ ਦਾ ਨਿਜ਼ਾਮ ਉਸਰਿਆ ਫਰੰਗੀ ਨੇ ਉਹ ਸਾਰਿਆ ਪਰ ਮਹਾਰਾਣੀ ਜਿੰਦਾ ਔਰ ਪੁੱਤਰ ਦਲੀਪ ਨੂੰ ਉਥੋਂ ਦੇ ਥ੍ਰੋਨ ਕਰਕੇ ਇੱਕ ਐਗਰੀਮੈਂਟ ਰੇਨ ਉਹਦੇ ਕਸਟੋਡੀਅਨ ਬਣ ਕੇ ਉਸ ਨੂੰ ਚੋਰੀਓ ਲਾਹੌਰ ਤੋਂ ਕੱਢਿਆ ਔਰ ਕਸੂਰ ਕਾਸ਼ਾਖਾਨਾ ਦੱਲਿਆਣੀ ਇਹਨਾਂ ਪਿੰਡਾਂ ਥਾਣੇ ਹੁੰਦੇ ਹੋਏ ਲੰਮੇ ਜਟਪੁਰੇ ਥਾਣੀ ਹੁੰਦੇ ਹੋਏ ਬਸੀਆਂ ਕੋਠੀ ਰਾਏਕੋਟ ਦੇ ਕੋਲ ਉੱਥੇ ਆਖਰੀ ਰਾਤ ਉਹਨਾਂ ਨੇ ਕੱਟੀ ਉਦੋਂ ਅੱਗੇ ਬ੍ਰਿਟਿਸ਼ ਸਾਮਰਾਜ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ ਔਰ ਬਤੌਰ ਇੱਕ ਸੋਵਰਨ ਕਿੰਗ ਦੇ ਰੂਪ ਦੇ ਵਿੱਚ ਭਾਵੇਂ ਉਹ 9 ਸਾਲ ਸੀ ਉਸ ਵਕਤ ਪਰ ਸੋਵਰਨ ਕਿੰਗ ਦੇ ਰੂਪ ਵਿੱਚ ਉਹਦੀ ਆਖਰੀ ਰਾਤ ਜਿਹੜੀ ਸੀ ਉਹ 31 ਦਸੰਬਰ 1849 ਦੀ ਰਾਤ ਸੀ ਜਿਹੜੀ ਉਹਨਾਂ ਬਸਿਆਂ ਕੋਠੇ 'ਚ ਕੱਟੀ ਉਹ ਇੱਕ ਨਹਿਰੀ ਵਿਸ਼ਰਾਮ ਘਰ ਸੀ ਬਾਹਰੋਂ ਬਣਿਆ ਉਦੋਂ ਪਹਿਲਾ ਮਿਸ਼ਨ ਡਿਪੋ ਰਿਹਾ ਗੋਰੀਆਂ ਦਾ ਉਹ ਔਰ ਮੈਨੂੰ ਲੱਗਦਾ ਹੈ ਕਿ ਜਿਹੜੀ ਜੜੀ ਗਈ ਲੜਾਈ ਐਂਗਲੋ ਸਿੱਖ ਵਾਰ ਹੈ ਉਹ ਮਿਸ਼ਨ ਸਪਲਾਈ ਸਾਰੀ ਇੱਥੋਂ ਹੀ ਲਗਾਤਾਰ ਹੁੰਦੀ ਰਹੀ ਉਸ ਦਿਨ ਉੱਥੇ ਗੋਰੀਆਂ ਦੀ ਪਾਰਟੀ ਵੀ ਸੀ ਇਹਦੇ 'ਚ ਇਹਨਾਂ ਨੂੰ ਮਿਲਣ ਸੀ ਸਾਰਿਆਂ ਨੇ ਜਿਹੜੇ ਉਸ ਵੇਲੇ ਅਧਿਕਾਰੀ ਸਨ ਔਰ ਉਸ ਵਕਤ ਭਾਈ ਮਹਾਰਾਜ ਸਿੰਘ ਜਿਹੜੇ ਨਰੰਗਾਬਾਦ ਵਾਲੀ ਸ਼ੌਣੀ ਦੇ ਉਸ ਵਕਤ ਸਿਪਾਹਸালার ਸਨ ਜਿਨ੍ਹਾਂ ਕੋਲ ਉਸ ਵਕਤ ਕਹਿੰਦੇ ਨੇ ਕਿ 10000 ਘੋੜਸਵਾਰ ਸੁਰਮਾ ਸਿੱਖ ਸੀ ਔਰ ਉਸੇ ਕਿਰਾਜ ਦੇ ਰਖਵਾਲੇ ਆ ਜੋ ਗਿਨੇ ਜਾਂਦੇ ਸੀ ਕਿ ਉਹ ਤੁਹਾਨੂੰ ਜਿਸ ਜੰਗਨਾਮ ਸਿੰਘਾਂ ਦੇ ਫਰੰਗੀਆਂ ਪੜਿਆ ਹੋਵੇਗਾ ਤਾਂ ਉਹਦੇ ਚ ਜ਼ਿਕਰ ਆਉਂਦਾ ਹੈ ਕਿ ਬੀਰ ਸਿੰਘ ਜਿਹੇ ਅਸੀਂ ਨਹੀਂ ਛੱਡੇ ਉਹਦਾ ਰੈਫਰੈਂਸ ਹੁੰਦਾ ਹੈ ਔਰ ਉਹ ਜਿਹੜੇ ਡੋਗਰਿਆਂ ਦੀ ਚਾਲ ਸੀ ਉਹਦੇ ਆਦੇਨ ਖਾਲਸਾ ਫੌਜਾਂ ਤੋਂ ਹੀ ਜਿਹੜਾ ਕਸ਼ਮੀਰਾ ਸਿੰਘ ਸੀ ਬੇਟਾ ਮਹਾਰਾਜ ਰਣਜੀਤ ਸਿੰਘ ਰਾਂ ਦਾ ਉਹਨਾਂ ਨੂੰ ਮਰਵਾਉਣ ਵਾਸਤੇ ਦਰੰਗਾਬਾਦ ਜਿਹੜਾ ਗੋਵਿੰਦਵਾਲ ਸਾਹਿਬ ਦੇ ਕੋਲ ਪਿੰਡ ਹੈ ਉੱਥੇ ਉਹ ਸ਼ੌਣੀ ਦੇ ਵਿੱਚ ਹਮਲਾ ਕਰਵਾ ਕੇ ਜਿਹੜੇ ਉਸ ਵਕਤ ਦੇ ਮੁਖੀ ਸੀ ਵੀਰ ਸਿੰਘ ਉਹਨਾਂ ਦਾ ਵੀ ਕਤਲ ਹੋਇਆ ਔਰ ਕਸ਼ਮੀਰਾ ਸਿੰਘ ਜਿਹੜਾ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਸੀ ਉਸ ਦਾ ਵੀ ਕਤਲ ਹੋਇਆ ਉਸ ਸ਼ੌਣੀ ਦੇ ਜਿਹੜੇ ਉਸ ਵਕਤ ਸਿਪਾਹਸਰਦ ਸੀ ਵਰੈ ਪਾਈ ਪਾਈ ਮਹਾਰਾਜ ਸਿੰਘ ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਗੋਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਜੇ ਪਿੱਛਾ ਕਰਨ ਤੇ ਆ ਗਏ ਤਾਂ ਇਹ ਇਹ ਸਾਡ ਨੂੰ ਸੁੱਕਾ ਨਹੀਂ ਛੱਡਣਗੇ ਤੇ ਰਣਜੀਤ ਸਿੰਘ ਦਾ ਪੁੱਤਰ ਸਾਡੇ ਕੁਝ ਨੂੰ ਆ ਕੇ ਲੈ ਜਾਣਗੇ ਕਿਉਂਕਿ ਸਿੱਖ ਰਾਜ ਦੀ ਆਖਰੀ ਨਿਸ਼ਾਨੀ ਸੀ ਉਹ ਉਹਨਾਂ ਨੇ ਉਥੋਂ ਸ਼ਿਫਟ ਕਰਕੇ ਕੱਢ ਕੇ ਰਾਤੋਂ ਰਾਤ ਮਹਾਰਾਜ ਸਾਹਿਬ ਨੂੰ ਉਥੋਂ ਲੈ ਗਏ ਔਰ ਜਾਂਦੇ ਜਾਂਦੇ ਅਲਟੀਮੇਟਲੀ ਇੱਕ ਸਟੇਟ ਦੇ ਵਿੱਚ ਉੱਥੇ ਇੰਗਲੈਂਡ ਚ ਉਹਨਾਂ ਨੂੰ ਸ਼ੁਭਧ ਕਰ ਦਿੱਤਾ ਔਰ ਉਹ ਸਾਡੇ ਕੋਲੋਂ ਅਜ ਦੇ ਦਿਹਾੜੇ ਤੇ ਅੱਜ ਦੇ ਦਿਨ ਉਹਨਾਂ ਦੀ 1893 ਦੇ ਵਿੱਚ ਪੈਰਿਸ ਦੇ ਇੱਕ ਹੋਟਲ ਦੇ ਵਿੱਚ ਮੌਤ ਹੋ ਗਈ। ਬਰਤ ਲੀਪ ਸਿੰਘ ਇੱਕ ईसाई ਪਾਦਰੀ ਦੇ ਕੋਲ ਪਲਿਆ। ਉਹ ਵੈਲਿਊ ਸਿਸਟਮ ਉਹੀ ਉਹਨਾਂ ਸਿਖਾਦੇ ਦਾ 크ਿਸਚੀਅਨਿਟੀ ਵਾਲਾ ਪਰ ਜਦੋਂ ਮਾਂ ਨਾਲ ਮੁਲਾਕਾਤ ਹੁੰਦੀ ਹੈ ਤੇ ਮਾਂ ਸਿਰ ਤੇ ਹੱਥ ਫੇਰਦੀ ਜਾਂ ਜੂੜਾ ਨਹੀਂ ਦੇਖਦੀ ਤਾਂ ਉਹ ਕਹਿੰਦੀ ਕਿ ਮੇਰਾ ਪੁੱਤਰ ਕਿੱਥੇ ਗਿਆ ਇਹ ਉਹ ਮੇਰਾ ਦਲੀਪ ਨਹੀਂ ਜੀ ਉਹ ਸਿੱਖੀ ਗ੍ਰਹਿਣ ਕਰਦੇ ਨੇ ਕਲਕੱਤੇ ਆਉਂਦੇ ਨੇ ਸਿੱਖ ਸਰਦਾਰਾਂ ਨੂੰ ਆਵਾਜ਼ ਦਿੰਦੇ ਨੇ ਕਲਕੱਤੇ ਬੁਲਾਉਂਦੇ ਨੇ ਪਰ ਉਦੋਂ ਤੀਕ ਫਰੰਗੀ ਹਕੂਮਤ ਨੇ ਇਹਨੇ ਕਾਣੇ ਕਰ ਦਿੱਤੇ ਹੋਏ ਸਿੱਖ ਸਰਦਾਰੜੇ ਕਿ ਉਹ ਜੁੱਤੀ ਚੱਟ ਬਣ ਕੇ ਆਪਣੇ ਰਾਜੇ ਦੇ ਨਾਲ ਖਲੋਣ ਦੀ ਥਾਂ ਦੇ ਉੱਤੇ ਫਰੰਗੀ ਨਾਲ ਖਲੋਗਿਆ ਬੜਾ ਅਵਾਸ ਹੋਇਆ ਰਿਜੈਕਟਡ ਜੀ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਬੰਦਾ ਵਾਪਸ ਚਲਾ ਗਿਆ ਔਰ ਇੱਧੇ ਦਿਹਾੜੇ 1893 ਸੰਸਦੀ ਵਿਅਲਵੇ ਦਾ ਕਿਹਾ ਗਿਆ ਬਸੀਆਂ ਕੋਠੇ ਜਿੱਥੇ ਆਖਰੀ ਰਾਤ ਕੱਟੀ ਸੀ ਜੀ ਉਹ ਥਾਂ ਨੂੰ ਉਸਾਰਨ ਹਿਤ ਦੁਬਾਰਾ ਉਸ ਨੂੰ ਪੁਨਰ ਸੁਰਜੀਤ ਕਰਨੇ ਹਿੱਸਾ ਬਹੁਤ ਵੱਡਾ ਕੰਟਰੀਬਿਊਸ਼ਨ ਸ੍ਰੀ ਜਗਦੇਵ ਸਿੰਘ ਜਸਵਾਲ ਹੋਰਾਂ ਨੇ ਜਦੋਂ ਵਿਧਾਇਕ ਬਣੇ 1980 ਦੇ ਵਿੱਚ ਉੱਥੋਂ ਰਾਏਕੋਟ ਤੋਂ ਤਾਂ ਉਹਨਾਂ ਸੁਪਨਾ ਪਾਲਿਆ ਔਰ ਅਲਟੀਮੇਟਲੀ ਉਹ ਸੁਪਨੇ ਦੀ ਪੂਰਤੀ ਮੈਂ ਮਾਨਣ ਲ ਕਹਿ ਸਕਦਾ ਕਿ ਉਹ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਦੇ जिम्मे ਪਈ ਜਿਹਦਾ ਮੈਂ ਚੇਅਰਮੈਨ ਰਣਜੀਤ ਸਿੰਘ ਤਲਵੰਡੀ ਪ੍ਰੈਜ਼ੀਡੈਂਟ ਹੈ ਜਿਹਦੇ ਚ ਅਮਨਦੀਪ ਸਿੰਘ ਗਿੱਲ ਜਿਹੜੇ ਮਿਨਿਸਪੈਲਿਟੀ ਰਾਇਕੋਟ ਦੇ ਪ੍ਰਧਾਨ ਰਹੇ ਨੇ ਜਨਰਲ ਸੈਕਟਰੀ ਨੇ ਹਰ ਆਪਣੇ ਪ੍ਰਿਥਪਾਲ ਸਿੰਘ ਉਹਦੇ ਸਾਡੇ ਐਗਜ਼ੀਕਟਿਵ ਦੇ ਮੈਂਬਰ ਨੇ ਔਰ ਉਹ ਸੱਤ ਮੈਂਬਰੀ ਪੈਨਲ ਨੇ ਪੰਜਾਬ ਗਵਰਨਮੈਂਟ ਨਾਲ ਕਰਕੇ ਉਸ ਵਕਤ ਸਰ ਪ੍ਰਕਾਸ਼ ਸਿੰਘ ਬਾਦਲ ਜਦੋਂ ਬਸੀਆਂ ਦੇ ਨੇੜੇ ਇੱਕ ਮੈਰਿਜ ਪੈਲੇਸ ਦੇ ਵਿੱਚ ਸੰਗਤ ਦਰਸ਼ਨ ਕਰਨ ਆਏ ਹੋਏ ਸੀ ਤਾਂ ਪਹਿਲਾ ਮੈਂਬਰ ਇੰਡਮ ਅਸੀਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਐਸ ਪ੍ਰੈਜ਼ੀਡੈਂਟ ਮੈਂ ਦਿੱਤਾ ਔਰ ਮੈਨੂੰ ਬੜਾ ਮਾਣ ਆ ਕਿ ਉਸ ਵਕਤ ਐਕਸ ਮੈਂਬਰ ਪਾਰਲੀਮੈਂਟ ਸ੍ਰੀ ਗੁਰਚਰਨ ਸਿੰਘ ਗਾਲਬ ਸ੍ਰੀ ਚਰਨਜੀਤ ਸ਼ਰਟਵਾਲ ਜਿਹੜੇ ਬਾਅਦ ਵਿੱਚ ਸਪੀਕਰ ਬਣੇ ਪੰਜਾਬ ਵਿਧਾਨ ਸਭਾ ਦੇ ਰਣਜੀਤ ਸਿੰਘ ਤਲਵੰਡੀ ਐਸਰ ਕਲੇਰ ਜਿਹੜੇ ਬਾਅਦ ਵਿੱਚ ਜਗਰਾਉਂ ਤੋਂ ਵਿਧਾਇਕ ਬਣੇ ਔਰ ਉਸ ਵੇਲੇ ਏਡੀਸੀ ਲੁਧਿਆਣਾ ਸੀ ਉਹਨਾਂ ਸਾਰਿਆਂ ਨੇ ਮਦਦ ਕੀਤੀ ਸਾਡੀ ਔਰ ਇਨਟੈਕ ਜਿਹੜੀ ਬਹੁਤ ਵੱਡੀ ਏਜੰਸੀ ਹੈ ਜਿਹੜੀ ਪੁਰਾਣੀਆਂ ਇਵਾਰਤਾਂ ਦੇ ਪੁਨਰ ਸਬਜ਼ੀਤੀਕਰਨ ਕਰਦੀ ਹੈ ਉਹਨਾਂ ਦੇ ਕੋਲੋਂ ਉਸ ਨੂੰ ਮੁਰੰਮਤ ਕਰਵਾਇਆ ਗਿਆ ਅਸੀਂ ਜਦ ਮੁੱਖ ਮੰਤਰੀ ਨੂੰ ਉੱਥੇ ਲੈ ਕੇ ਗਏ ਉਸੇ ਦਿਨ ਸੰਗਤ ਅਰਸ਼ਵਾਲ ਦੇਨ ਤਾਂ ਮੈਨੂੰ ਇਹ ਤਾਸਕ ਦਿਨ ਯਾਦ ਆਉਂਦਾ ਉਹ ਬੋਲ ਯਾਦ ਆਉਂਦਾ ਜਿਹੜੇ ਉੱਥੇ ਉਕਰੇ ਹੋਏ ਨੇ ਇੱਕ ਪੋਸਟਰ ਦੇ ਵਿੱਚ ਲਾਏ ਹੋਏ ਨੇ ਸੀ ਉੱਥੇ ਬਸੀਆਂ ਮੈਂ ਕਹਿੰਦੀ ਸਦਾ ਪ੍ਰਕਾਸ਼ ਸਿੰਘ ਬਾਦਲ ਇਹ ਬਤੌਰ ਮੁੱਖ ਮੰਤਰੀ ਤੁਸੀਂ ਇਸ ਵੇਲੇ ਨਹੀਂ ਖੜੇ ਇੱਥੇ ਤੇ ਨਾ ਹੀ ਇਸ ਇਮਾਰਤ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਕਮਰ ਦਲੀਪ ਸਿੰਘ ਹਾਜ਼ਰ ਹੈ ਉਹ ਜੀ ਰੂਹ ਹਾਜ਼ਰ ਹੈ ਉਹ ਪੁੱਛਦੀ ਹੈ ਕਿ ਮੇਰੀ ਤੁਸੀਂ ਆਹ ਨਿਸ਼ਾਨੇ ਵੀ ਨਹੀਂ ਸਾਹਮਣੇ ਸਕੇ ਤੁਸੀਂ ਇਲੈਕਟਿਡ ਸਾਡੇ ਚੀਫ ਸੁਬੇ ਦੇ ਮੁੱਖ ਮੰਤਰੀ ਨੇ ਉੱਥੇ ਕਮਿਟਮੈਂਟ ਕੀਤੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਮੈਂ ਇਹਦੇ ਪਰਮਟ ਵਾਸਤੇ ਕੋਈ ਟੀਮ ਭੇਜਾਂਗਾ ਜਿਹੜੀ ਸਰਵੇ ਕਰੇਗੀ ਕਿ ਕੀ ਕਰਨਾ ਬਣਦਾ ਕੀ ਕਰ ਸਕਦੇ ਆ ਉਹ ਤੁਹਾਨੂੰ ਇਹ ਗੱਲ ਦੱਸਦਿਆਂ ਮੈਨੂੰ ਬਹੁਤ ਤਸੱਲੀ ਹੈ ਕਿ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਐਸ ਵਕਤ ਇਸ ਗੱਲ ਦੀ ਪੈਰ ਵੀ ਕਰਵਾ ਕੇ 214 ਦੇ ਵਿੱਚ ਉਹਦੀ ਸੰਪੂਰਨਤਾ ਕਰਵਾ ਕੇ ਉਹ ਪੰਜਾਬ ਸਰਕਾਰ ਦੇ ਵਿਭਾਗ ਨੂੰ ਸੌਂਪ ਚੁੱਕਿਆ ਕਲਚਰ ਅਫੇਅਰਸ ਨੂੰ ਕਿਉਂਕਿ ਉਹਨਾਂ ਦੇ ਪੈਸੇ ਨਾਲ ਹੀ ਸਾਰਾ ਕੁਝ ਉਸਰਿਆ ਇਸ ਕਰਕੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਹੋਰ ਕੋਈ ਯਾਦਗਾਰ ਪੰਜਾਬ 'ਚ ਹੋਵੇ ਜਾਂ ਨਾ ਹੋਵੇ ਮਹਾਰਾਜਾ ਦਲੀਪ ਸਿੰਘ ਦੀ ਬਸਿਆ ਕੋਠੀ ਦੇ ਵਿੱਚ ਪੂਰਾ ਮਿਊਜ਼ੀਅਮ ਜਿਹੜਾ ਜਿਸ ਕਿਸਮ ਦਾ ਉਹਨਾਂ ਦੀ ਯਾਦ ਵਿੱਚ ਲੰਡਨ ਦੇ ਵਿੱਚ ਹੈ ਜਾਂ ਵਕ ਵਕਥਾ ਮਾ ਜਿੱਥੇ ਉਹਨਾਂ ਦੀ ਆਪਣੀ ਕਬਰ ਉਸ ਥਾਂ ਦੇ ਉੱਤੇ ਉਸ ਕਿਸਮ ਦੇ ਸਾਰੀਆਂ ਜਿੰਨੀਆਂ ਉਹ ਸਪੈਸਿਮਨਸ ਨੇ ਉਹ ਸਾਰੇ ਲਿਆ ਕੇ ਉਹਨਾਂ ਦੇ ਰੈਪਲੀਕਾ ਅਸਲੀ ਦਾ ਪੇਂਟਿੰਗ ਬਣ ਨਹੀਂ ਸਕਦੀਆਂ ਔਰ ਰੈਪਲੀਕਾ ਜਿਹੜੇ ਨੇ ਸਾਰੇ ਉੱਥੋਂ ਦੇ ਲਿਆ ਕੇ ਇੱਕ ਪੂਰਾ ਮਿਊਜ਼ੀਅਮ ਅਸੀਂ ਬਸੀਆਂ ਕੋਠੇ ਚੋ ਸਾਰਿਆ ਔਰ 12 ਏਕੜ ਦੇ ਵੱਡੇ ਕੈਂਪਸ ਨੂੰ ਸ਼ਿੰਗਾਰ ਕੇ ਪੰਜਾਬ ਗਵਰਨਮੈਂਟ ਦੀ ਮਦਦ ਨਾਲ ਅਸੀਂ ਉਹਨੂੰ ਲੋਕਾਂ ਦੀ ਸੂਰਤ ਵਾਸਤੇ ਉੱਥੇ ਰੱਖਿਆ ਭਰਾ ਪਰਦੇਸਾਂ ਚ ਜਿਹੜੇ ਆਉਂਦੇ ਨੇ ਉਹ ਜਦੋਂ ਆ ਕੇ ਆਪਣੇ ਬੱਚਿਆਂ ਨੂੰ ਦਿਖਾਉਂਦੇ ਨੇ ਉੱਥੇ ਫਿਰਦੇ ਤੁਰਦੇ ਘੁੰਮਦੇ ਫਿਰਦੇ ਚਾਹ ਖੁਸ਼ੀਆਂ ਲੈਂਦੇ ਨੇ ਤਾਂ ਉਸ ਵਕਤ ਸਾਨੂੰ ਬੜੀ ਤਸੱਲੀ ਹੁੰਦੀ ਹੈ ਕਿ ਸ਼ੁਕਰ ਹੈ ਕਿਸੇ ਹਕੂਮਤ ਨੇ ਕੁਝ ਅੱਜ ਦਾ ਕੰਮ ਕਰਕੇ ਸਾਡੇ ਵਾਸਤੇ ਇੱਕ ਉਸ ਨਿਸ਼ਾਨੇ ਨੂੰ ਸੰਭਾਲ ਲਿਆ ਜਿਹੜੀ ਭਰਤ ਜਜੀਪ ਸਿੰਘ ਦੀ ਆਖਰੀ ਨਿਸ਼ਾਨੀ ਸੀ ਸੋ ਅੱਜ ਉਹਨਾਂ ਦੀ ਵਰ੍ਹੇਸਵੀ ਦੇ ਮੌਕੇ ਤੇ ਭਰਤ ਜਜੀਪ ਸਿੰਘ ਮੰਗੂਰੀ ਟ੍ਰਸਟ ਵੱਲੋਂ ਅਸੀਂ ਸਾਰੇ ਦੋਸਤਾਂ ਨੇ ਇਹ ਅੱਜ ਫੈਸਲਾ ਕੀਤਾ ਕਿ ਅਸੀਂ ਉਹਨਾਂ ਦੀ ਇੱਕ ਜੀਵਨੀ ਜਿਹੜੀ ਕਿਸੇ ਚੰਗੇ ਹਿਸਟੋਰੀਅਨ ਤੋਂ ਲਿਖਾਈ ਹੋਈ ਹੈ ਕੋਸ਼ਿਸ਼ ਕਰਾਂਗੇ ਕਿ ਉਹ ਸੋਣ ਸੇ ਸ਼ੀਤਲ ਹੋਣ ਵਾਲੀ ਦੁਖੀ ਮਾਪੋਤ ਹੋਵੇ ਜਾਂ ਕੋਈ ਹੋਰ ਕਿਤਾਬ ਹੋਵੇ ਉਸ ਨੂੰ ਗਲੇ ਸਾਲ ਤੱਕ ਪ੍ਰਿੰਟ ਕਰਕੇ ਲੋਕਾਂ ਚ ਫ੍ਰੀ ਆਫ ਕਾਸਟ ਵੰਡਾ ਕੇ ਬਹੁਤ ਵਧੀਆ ਜੀ ਇੱਕ ਗੱਲ ਸਰਬ ਆਪ ਤੋਂ ਖਬਰ ਜਿਹੜੀ ਕੱਜਦੀਆਂ ਅਖਬਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਛਪੀ ਹੈ ਜੀ ਉਹ ਹੈ ਪੰਜਾਬ ਦੇ ਵਿੱਚ ਜੋ ਨਕਲੀ ਦੁੱਧ ਵਿਕ ਰਹੇ ਹਨ ਜੀ ਉਸ ਨੂੰ ਲੈ ਕੇ ਅਖਬਾਰਾਂ ਨੇ ਚਰਚਾ ਛੇੜੀ ਹੈ ਉਸ ਦੇ ਪਰੇ ਆਪਕੋ ਜਾਨਣਾ ਚਾਹਾਂਗੇ ਕਿ ਕਿੱਡਾ ਵੱਡਾ ਸਕੈਮ ਹੈ ਜੀ ਨਕਲੀ ਦੁੱਧ ਰਣਜੀਤ ਵੀਰ ਅਖਬਾਰਾਂ ਨੇ ਨਹੀਂ ਇੱਕੋ ਖ਼ਬਰ ਦੇ ਵਿੱਚ ਅੱਜ ਇੱਕ ਮੋਗੇ ਤੋਂ ਇੱਕ ਰਿਪੋਰਟਰ ਆਹੇ ਖ਼ਬਰ ਪਬਲਿਸ਼ ਹੋਈ ਏ ਜੀ ਕਿ ਧਰਮਕੋਟ ਜ਼ੀਰਾ ਇਹਦਾ ਕੈਚਮੈਂਟ ਏਰੀਆ ਹੈਗਾ ਨੈਸਲੇ ਪ੍ਰਾਈਵੇਟ ਕੰਪਨੀ ਦੇ ਦੁੱਧ ਖਰੀਦਣ ਦਾ ਉਸ ਏਰੀਆ ਦੇ ਵਿੱਚ ਕੁਝ ਫਾਰਮਰਜ਼ ਨੂੰ ਬਲੈਕਲਿਸਟ ਕੀਤਾ ਗਿਆ ਕਿ ਉਹ ਨਕਲੀ ਦੁੱਧ ਪਾਉਂਦੇ ਸੀ ਇਹ ਜਦੋਂ ਖ਼ਬਰ ਆਪ ਪਤਵਾਂ ਨੇ ਸਾਂਝੀ ਕੀਤੀ ਤਾਂ ਮੈਨੂੰ ਬੜੇ ਖੁਸ਼ੀਏ ਪੈਦਾ ਹੋ ਗਏ ਮੰਮ ਦੇ ਵਿੱਚ ਕਿ ਦੁੱਧ ਤਾਂ ਇਸ ਵਕਤ ਕੁਆਲਿਟੀ ਵਾਈਜ਼ ਬੜਾ ਅੱਛਾ ਆ ਰਿਹਾ ਜੇ ਬੇਰਕਾ ਦਾ ਵੀ ਲਈਏ ਤਾਂ ਉਹ ਵੀ ਕੁਆਲਿਟੀ ਬੜੀ ਅੱਛੀ ਆ ਰਹੀ ਹੈ ਜੇ ਪ੍ਰਾਈਵੇਟ ਵੈਂਡਰ ਤੋਂ ਲੈਨੇ ਉਹ ਵੀ ਬੜੀ ਅੱਛੀ ਆ ਰਹੀ ਹੈ ਜੀ ਤੇ ਮਾਲਾ ਦੁੱਧ ਤੇ ਅਗਲੇ ਦੋਦੇ ਕਿੱਥੋਂ ਆ ਗਿਆ ਮੈਂ ਉਸੇ ਵਕਤ ਮਿਲਕ ਫੈਟ ਦੇ ਜਿਹੜੇ ਐਮ ਡੀ ਨੇ ਇਸ ਵਕਤ ਮਿਸਟਰ ਕਮਲਦੀਪ ਸਿੰਘ ਸੰਘਾ ਜਿਹੜੇ ਪਹਿਲਾਂ ਇੰਡੀਨ ਐਡਮਿਨਿਸਟ੍ਰੇਸ਼ਨ 'ਚ ਹੋਣ ਕਰਕੇ ਡਿਪਟੀ ਕਮਿਸ਼ਨਰ ਅਫਸਰ ਵੀ ਰਹੇ ਨੇ ਔਰ ਪਹਿਲਾ ਬੰਦਾ ਜਿਹਨੇ ਉਸ ਵਕਤ ਕਰਕੇ 4-4 ਵਜੇ ਉੱਠ ਕੇ ਜਿਲ੍ਹੇ ਦੇ ਵਿੱਚ ਛਾਪੇ ਮਾਰ ਮਾਰ ਕੇ ਤੇ ਨਕਲੀ ਦੁੱਧ ਦੇ ਬਹੁਤ ਸਾਰੇ ਕੇਸ ਫੜੇ ਸੀ ਨਕਲੀ ਨਹੀਂ ਸੀ ਉਹ ਵੀ ਦੁੱਧ ਜਿਹੜਾ ਸੀਗਾ ਉਹ ਵੀ ਦੁੱਧ ਸੀ ਸਾਰਾ ਵੱਧ ਪਾਣੀ ਵਾਲਾ ਜਿਹੜਾ ਪਿੰਡਾਂ ਦੇ ਵਿੱਚੋਂ ਲਿਆ ਕੇ ਲੋਕ ਇਕੱਠਾ ਕਰਕੇ ਸ਼ਹਿਰੀਆਂ ਨੂੰ ਵੰਡਦੇ ਨੇ ਵੇਚਦੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਕਿਹਾ ਕਮਲਦੀਪ ਯਾਰ ਇਹ ਦੱਸ ਮੈਨੂੰ ਕਿ ਇਹ ਨਕਲੀ ਦੁੱਧ ਦਾ ਕੱਟਸਕ ਕੀ ਹੈ ਹਕੀਕਤ ਕਿੰਨੀ ਹੈ ਜਿਹੜੀ ਉਹਨੇ ਮੈਨੂੰ ਜਾਣਕਾਰੀ ਦਿੱਤੀ ਉਹ ਬੜੀ ਕਮਾਲ ਦੀ ਜਾਣਕਾਰੀ ਹੈ ਮੈਂ ਸਾਂਝੀ ਸ਼ੁਰੂ ਕਰਨੀ ਚਾਹਾਂਗਾ ਜੀ ਉਹ ਮੈਂ অথেন্টিਕੇਟ ਵੀ ਕਰ ਲਈ ਹੈ ਵੱਖ-ਵੱਖ ਸੋਰਸਸ ਤੋਂ ਕਿ ਉਹ ਗੱਲ 100% ਠੀਕ ਹੈ ਜਿਹੜੀ ਉਹਨਾਂ ਦੱਸੀ ਮੈਨੂੰ ਉਹ ਕਹਿੰਦੇ ਵੀ ਬਾਕੀ ਤੇ ਗੱਲਾਂ ਛੱਡੋ ਸਿਰਫ ਤੁਸੀਂ ਆ ਪਿਛਲੇ ਛੇ ਮਹੀਨੇ ਦਾ ਟਾਈਮ ਲੈ ਲਓ ਕੋਵਿਡ ਦਾ ਟਾਈਮ ਲੈ ਲਓ ਸਿਰਫ ਕੋਵਿਡ ਟਾਈਮ ਦੇ ਵਿੱਚ ਦੁੱਧ ਦੀ ਕੰਜ਼ਮਪਸ਼ਨ ਨਹੀਂ ਘਟੀ ਸਿਰਫ ਮਾਰਜਨਲ ਫਰਕ ਪਿਆ ਉਹ ਉਹਨਾਂ ਕੀ ਫਰਕ ਪਿਆ ਜਿੰਨਾਂ ਕ ਪ੍ਰਵਾਸੀ ਮਜ਼ਦੂਰ ਇੱਥੋਂ ਪੰਜਾਬ ਚੋਂ ਪਲਾਨ ਕਰਕੇ ਵਾਪਸ ਚੜ੍ਹ ਕੇ ਆਪਣੇ ਸੂਬਿਆਂ ਨੂੰ ਜੀ ਜਾਂ ਮੈਰਿਜ ਪਰਸ ਜਿਹੜੀ ਲੇਬਰ ਕੰਮ ਕਰਦੀ ਸੀ ਜਿਹੜੀ ਉੱਥੇ ਬਣਦੀਆਂ ਸਬਜ਼ੀਆਂ ਚ ਕਦੇ ਪਨੀਰ ਖਾ ਲੈਂਦੀ ਸੀ ਕਦੇ ਮਾੜਾ ਮਾੜਾ ਦੁੱਧ ਮਿਲ ਜਾਂਦਾ ਤੇ ਚਾਹ ਮਿਲ ਜਾਂਦੀ ਸੀ ਉਹਨਾਂ ਨੂੰ ਇਹਨਾਂ ਕ ਉਹਨਾਂ ਦੀ ਗਿਣਤੀ ਵੀ ਥੋੜੀ ਨਹੀਂ ਹੈਗੀ ਉਹ ਵੀ ਲਗਭਗ 1 ਲੱਖ ਦੇ ਕਰੀਬ ਲੋਕ ਉਹ ਵੀ ਨੇ ਜਿਹੜੇ ਡਿਪੈਂਡੈਂਟ ਨੇ ਸਾਡਾ ਜਿਹੜਾ ਹੌਸਪਿਟੈਲਿਟੀ ਦਾ ਕੰਜ਼ੂਮਸ਼ਨ ਨਾਲ ਸੰਬੰਧਤ ਕਿਹਦੇ 19% 10 12% ਕੰਜ਼ਮਪਸ਼ਨ ਘਟਈ ਹੈ ਪਰ ਪ੍ਰੋਡਕਸ਼ਨ ਘਟਣੀ ਆਪਣੇ ਆਪ ਵਿੱਚ ਹੱਸਣ ਦੀ ਗੱਲ ਤਾਂ ਬਣ ਜਾਂਦੀ ਹੈ ਕਿ ਪ੍ਰੋਡਕਸ਼ਨ ਜੇ ਘਟੇ ਹੋਵੇ ਤਾਂ ਸਾਡੀ ਸਪਲਾਈ ਨੇਸਲਰੀ ਸਪਲਾਈ ਔਰ ਅਮਲ ਜਿਹੜਾ ਪ੍ਰਾਈਵੇਟ ਤੀਸਰਾ ਪਲੇਅਰ ਹੈ ਪੰਜਾਬ ਦੇ ਚ ਐਸੇ ਆਪਰੇਟ ਕਰਦਾ ਉਹਦੀ ਸਪਲਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਫਰਕ ਤਾਂ ਆਵੇ ਔਰ ਜਿਹੜੇ ਸਾਡੇ ਪਲਾਂਟ ਨੇ ਜਿੰਨੇ ਪੰਜਾਬ ਦੇ ਕੋਆਪਰੇਟਿਵ ਦੇ ਪਲਾਂਟਸ ਨੇ ਜਿਹੜੇ 베ਰ ਕਾ ਬ੍ਰਾਂਡ ਥੱਲੇ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਇੱਕ ਇੱਕ ਤੁਪਕਾ ਦੁੱਧ ਜਿਹੜਾ ਉਹ ਵੀ ਟੈਸਟਿੰਗ ਤੋਂ ਬਾਅਦ ਅਸੀਂ ਉਸ ਨੂੰ ਯੂਜ਼ ਕਰਦੇ ਆਂ ਔਰ ਸਾਰੀਆਂ ਇੰਪਿਉਰਿਟੀਆਂ ਚ ਆ ਜਾਂਦੀਆਂ ਨੇ ਕਿ ਇਹ ਕਿਹੜੀ ਕਿਹੜੀ ਇੰਪਿਉਰਿਟੀ ਇਸ ਵਕਤੇ ਦੇ ਵਿੱਚ ਹੈਗੀ ਹੈ ਔਰ ਜਿਹੜੀ ਸੋਸਾਇਟੀ ਦੀ ਇੰਪਿਉਰਿਟੀ ਵੱਧ ਮਿਲ ਜਾਂਦੀ ਸਾਨੂੰ ਪਤਾ ਲੱਗ ਜਾਂਦਾ ਉਸ ਨੂੰ ਅਸੀਂ ਬਲੈਕਲਿਸਟ ਕਰ ਦਿੰਦੇ ਆ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਵਿੱਚ ਉਹਦੇ ਵਿੱਚ ਕੋਈ ਮਿਲਾਵਟ ਉਸ ਕਿਸਮ ਦੀ ਕਿਹਨ ਲੱਗਲੀ ਦੁੱਧ ਬਣਾ ਲਿਆ ਉਹਨਾਂ ਇੰਪਿਊਰਟੀ ਕੀਤੀ ਕਿ ਆਪਣੇ ਦੁੱਧ ਦੀ ਸ਼ੈਲਫ ਲਾਈਫ ਵਧਾਉਣ ਵਾਸਤੇ ਕਿ ਫਟ ਨਾ ਜਾਵੇ ਕਿਸੇ ਨੇ ਯੂਰੀਆ ਪਾਉਣ ਦਾ ਰਵਾਜ ਪੁਰਾਣਾ ਮੈਨੂੰ ਯਾਦ ਹੈ ਸਾਡੇ ਬਚਪਨ ਵਾਲੇ ਵੀ ਹੁੰਦਾ ਸੀ ਯੂਰੀਆ ਨਾਂ ਨਾਂ ਆਇਆ ਸੀ ਤੇ ਲੋਕੀਂ ਦੁੱਧ ਨੂੰ ਰਾਤ ਨੂੰ ਯੂਰੀਆ ਲਾ ਲੈਂਦੇ ਸੀ ਤੇ ਮਸਾਲਾ ਲਾ ਦਿੰਦੇ ਕਿੰਨੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਡਰਪ ਜਿਹੜੇ ਨੇ ਉਹ ਸਵੇਰ ਨੂੰ ਠੰਡੇ ਠਾਰ ਹੋਇਆਂ ਰੋ ਬਾਜ਼ਾਰ 'ਚ ਵੇਚਣ ਵਾਸਤੇ ਲੋਕ ਲੈ ਜਾਂਦੇ ਸੀ ਕਿ ਉਹ ਇੰਪਿਊਰਟੀ ਵੀ ਅਸਿਨ ਨਹੀਂ ਕਰਦੇ ਹੁਣ ਤਾਂ ਉਹ ਇੰਪਿਊਰਟੀ ਵੀ ਚੇਤ ਜਾਂਦੀ ਉਹ ਜਿਹੜੀ ਉਹਦੇ 'ਚ ਜਿਹੜਾ ਪ੍ਰੀਤ ਤੱਤ ਹੈ ਉਹ ਕਹਿੰਦੇ ਕਿ ਜਿਹੜੀ ਇੰਪਿਉਰਿਟੀ ਦੱਸ ਦਿੰਦੇ ਆ ਅਸੀਂ ਉਹਦੇ ਬਾਅਦ ਸੋਸਾਇਟੀ ਦੇ ਅਸੀਂ ਕਰ ਦਿੰਦੇ ਆ ਬਲੈਕਲਿਸਟ ਸੋਸਾਇਟੀ ਵਾਲੇ ਮਾਰਦੇ ਨੇ ਚੀਕਾਂ ਵੀ ਸਾਡਾ ਦੁੱਧ ਹੁਣ ਕਿੱਥੇ ਜਾਏਗਾ ਕਹਿੰਦੇ ਜਿਹੜੀ ਠੱਗੀ ਹੁੰਦੀ ਉਹ ਹੋਰ ਥਾਂ ਤੇ ਹੁੰਦੀ ਹੈ ਉਹ ਵੀ ਤੁਹਾਨੂੰ ਦੱਸ ਦਿਆਂਗਾ ਕਿੱਥੇ ਹੁੰਦੀ ਹੈ ਹਮ ਹ ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸਾਡੇ ਪ੍ਰਾਈਵੇਟ ਹਲਵਾਈ ਨੇ ਉਹ ਖੋਏ ਦੇ ਪਨੀਰ ਦੇ ਵਿੱਚ ਜਾਂ ਜਿਹੜਾ ਹੋਰ ਸੂਬਿਆਂ ਚੋਂ ਆਉਂਦਾ ਖੋਆ ਉਹਦੇ 'ਚ ਇੰਪਿਉਰਿਟੀ ਬਹੁਤ ਆ ਰਹੀਆਂ ਨੇ ਔਰ ਜੰਗਦਮਦ ਬਹੁਤ ਐ ਸੰਘਾੜੇ ਦਾ ਆਟਾ ਉਹਦੇ ਚ ਪਾਵਾ ਐ ਉਹਦੇ ਚ ਘਟੀਆਂ ਕਿਸਮ ਦਾ ਤੇਲ ਉਹਦੇ ਚ ਘਟੀਆਂ ਕਿਸਮ ਦਾ ਸੁੱਕਾ ਦੁੱਧ ਉਹਦੇ ਚ ਔਰ ਉਹ ਸਾਰਾ ਕੁਝ ਇਕੱਠਾ-ਕੁੱਠਾ ਕਰਕੇ ਜਦੋਂ ਤੁੱਥ-ਮੁੱਥ ਕਰਕੇ ਹੁਣ ਫੈਸਟੀਵਿਟੀ ਦੇ ਦਿਨ ਆਉਣੇ ਨੇ ਦਸਹਰਾ ਦੀਵਾਲੀ ਇਹਦੇ ਤੇ ਸਾਰਾ ਕੁਝ ਲੋਕਾਂ ਨੇ ਚੱਪ ਜਾਣਾ ਖਾ ਜਾਣਾ ਤੇ ਮੁਨਾਫਾ ਕਰਨੇ ਨਹੀਂ ਵੇਖਣਾ ਵੀ ਕਿੰਨੇ ਲੋਕਾਂ ਨੂੰ ਮੈਂ ਬਿਮਾਰੀਆਂ ਦੇ ਚੱਲਿਆ ਸੋ ਉਸ ਕਿਸਮ ਦੀ ਵੀ ਜਿਹੜੀ ਪੇਸ਼ਬੰਦੀ ਹੈ ਉਹ ਕਰਨ ਦੀ ਲੋੜ ਹੈਗੀ ਹੈ ਕਹਿੰਦੇ ਜੇ ਦੁੱਧ ਘਟਣ ਦੇ ਦੋ ਕਾਰਨ ਹੁੰਦੇ ਆ ਪਹਿਲੇ ਲਵੇਰੇ ਘਟੇ ਹੋਣ ਹਾਂ ਲਵੇਰੇ ਵਿਅਕਤੀਗਤ ਘਰਾਂ 'ਚੋਂ ਘਟਿਆ ਹੈ ਭਾਵੇਂ ਕਿਸੇ ਨੇ ਦੋ ਮੱਝਾਂ ਰੱਖੀਆਂ ਸੀ ਸ਼ਾਇਦ ਉਹਨੇ ਵੇਚਤੀਆਂ ਹੋਣ ਜੀ ਦੋ ਗਊਆਂ ਰੱਖੀਆਂ ਸੀ ਸ਼ਾਇਦ ਵੇਚਤੀਆਂ ਹੋਣ ਪਰ ਨਾਲ ਜਿਹੜਾ ਇੱਕ ਤਾਣਾ ਬੇਟਾ ਪੂਰੇ ਦਾ ਪੂਰਾ ਕਮਰਸ਼ੀਅਲ ਡੇਰੀ ਫਾਰਮ ਪੰਜਾਬ 'ਚ ਸਰ ਗਿਆ 100-100 ਮੱਝਾਂ 200-200 ਗਊਆਂ ਤੇ ਜਿਹੜੇ ਨਹੀਂ ਫਾਰਮ ਬਣੇ ਨੇ ਉਹ ਵੀ ਤਾਂ ਪ੍ਰੋਡਕਸ਼ਨ ਕਰ ਰਿਹਾ ਹੈ ਸਾਡੇ ਇੱਥੇ ਲੁਧਿਆਣੇ ਦੇ ਵਿੱਚ ਸ਼ੁਰੂ ਹੋਇਆ ਸੀ ਆਰੰਭ ਪ੍ਰੋਗਰੈਸਿਵ ਡੇਰੀ ਫਾਰਮਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਮੁੰਡਾ ਦਲਜੀਤ ਸਿੰਘ ਗਿੱਲ ਸਦਰਪੁਰੇ ਤੋਂ ਉਹਦੇ ਤਾਣੇ-ਬਾਣੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਡੇਰੀ ਫਾਰਮਰਸ ਦੀ ਜਿਹੜੀ ਐਸੋਸੀਏਸ਼ਨ ਆ ਉਹ ਬਹੁਤ ਚੰਗੀ ਕਿਸਮ ਦਾ ਵੀਰੇਜ ਲੈ ਕੇ ਤੇ ਚੰਗੀ ਕਿਸਮ ਦੇ ਪਸ਼ੂ ਪੈਦਾ ਕਰ ਰਹੀ ਹੈ ਰਾਦਰ ਪ੍ਰਾਣੀਆਂ ਗਊਆਂ ਨਾਲੋਂ 6-6 ਗੁਣਾ ਵੱਧ ਦੁੱਧ ਦੇਣ ਵਾਲੀਆਂ ਗਊਆਂ ਇਸ ਵੇਲੇ ਪੰਜਾਬ 'ਚ ਬਿਲਕੁਲ ਨਹੀਂ ਹਮਮ ਬਲੋ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਦੇਸੀ ਗਾਇਆਂ ਸੀ ਹੋਣ ਨਾਲੋਂ 6 ਗੁਣਾ ਵੱਧ ਦੁੱਧਣ ਵਾਲੀਆਂ ਇਸ ਵੇਲੇ ਐਚਐਫ ਤੇ ਦੂਸਰੀਆਂ ਹੈਗੀਆਂ ਨੇ ਗੋਮੋ ਜੜੀਆਂ ਅਵੇਲੇਬਲ ਨੇ ਉਹ ਦੁੱਧ ਵੀ ਸਪਲਾਈ ਆਖਰ ਪੰਜਾਬ 'ਚ ਹੀ ਹੋ ਰਿਹਾ ਨਾ ਉਹਨਾਂ ਨੇ ਗੱਲ ਹੋਰ ਗਈ ਜਿਹੜੀ ਬਹੁਤ ਮਤਲਬ ਮੇਰੇ ਵਾਸਤੇ ਉਹ ਕਹਿੰਦੇ ਵੀ ਸਾਡਾ ਜਿਹੜਾ ਪੀਕ ਟਾਈਮ ਹੈ ਖਾਸ ਕਰਕੇ ਜਦੋਂ ਮੈਂ ਸਿਖਰ ਤੇ ਸਾਡੀ ਉਹਦੀ ਪ੍ਰੋਕਿਊਰਮੈਂਟ ਹੁੰਦੀ ਹੈ ਉਹ ਪਿਛਲੇ ਕਈ ਸਾਲਾਂ ਤੋਂ 26 ਤੋਂ 27 ਲੱਖ ਲੀਟਰ ਹੈਗੀ ਹੈ ਔਰ ਨੈਸਲੇ ਇਹ ਦੂ ਅੱਧੇ ਤੇ ਆ ਜੇ 26 ਹੈ ਤੇ ਨੈਸਲੇ ਦੀ ਪ੍ਰੋਕੂਰਮੈਂਟ ਜਿਹੜੀ ਹੈ ਉਹ 13 ਲੱਖ ਲੀਟਰ ਪਰ ਡੇ ਹੈ ਤੇ ਅਮਲ ਦੀ 10% ਹੈ ਕਹਿੰਦੇ ਜੇ 75% ਦੀ ਸਾਡੇ ਕੋਲ ਔਰ 25% ਦੋ ਪਲੇਅਰਸ ਕੋਲ ਦੂਸਰਿਆਂ ਕੋਲ ਆ ਤਾਂ ਇਹਦਾ ਮਤਲਬ ਇਹ ਹੈ ਕਿ 100% ਨੂੰ ਅਸੀਂ ਕਵਰ ਤਾਂ ਅਸੀਂ ਕਰ ਨਹੀਂ ਕਰਦੇ ਆ ਤੇ ਸਾਡੇ ਦੁੱਧ ਦੀ ਇੰਪਿਉਰਿਟੀ ਸਾਡੇ ਨਾਲੋਂ ਵੱਧ ਹੋਏ ਜਿਹੜੇ ਕੁਆਲਿਟੀ ਦੇ ਪੈਰਾਮੀਟਰਸ ਨੇ ਉਹ ਨੈਸਲੇ ਦੇ ਨੇ ਦੇਸਰੇ ਦੇ ਨਾਲ ਹੀ ਉਹਨਾਂ ਨੂੰ ਅਮੁੱਲ ਨੂੰ ਵੀ ਤਾਂ ਹੀ ਮਾਰਕੀਟ ਤੇ ਲੋਕਾਂ ਨੇ ਗਾਹਕ ਬਣਾ ਉਹਨਾਂ ਦੇ ਜੇਕਰ ਉਹ ਸਹੀ ਚੀਜ਼ ਵੇਚਣਗੇ ਸੋ ਇਹ ਤਿੰਨ ਜਿਹੜੀਆਂ ਟਕਸਾਲੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਬਾਰੇ ਇਹ ਧਿਆਨ ਦੇ ਵਿੱਚ ਕਹਿੰਦੇ ਜਿਵੇਂ ਅਸੀਂ ਕੁਝ ਲੋਕਾਂ ਨੂੰ ਦੀ ਬਾਹਰ ਕੀਤਾ ਸੀ ਸੁਸਾਇਟੀਆਂ ਨੂੰ ਕੀਤਾ ਕਹਿੰਦੇ ਜਿਹੜੀ ਬੈਲਟ ਹਰਿਆਣੇ ਦੇ ਨਾਲ ਲੱਗਦੀ ਹੈ ਖਾਸ ਕਰਕੇ ਪਟਿਆਲੇ ਦਾ ਹਿੱਸਾ ਜੀ ਫਗਰੂਰ ਦਾ ਹਿੱਸਾ ਜਿਹੜਾ ਹਰਿਆਣਾ ਦੇ ਨਾਲ ਨਾਲ ਲੱਗਦਾ ਇਹ ਬਠਿੰਡੇ ਦਾ ਕੋਈ ਹਿੱਸਾ ਹੈ ਇਹਨਾਂ ਉੱਥੇ ਇਹ ਇਹ ਰੋਗ ਹੈਗਾ ਲੋਕਾਂ ਚ ਇਹ ਚੀਜ਼ਾਂ ਬਣਾਉਣ ਦਾ ਕਿਉਂਕਿ ਉਹ ਜਦੋਂ ਇਧਰੋਂ ੱਟਕਾ ਪੈਂਦਾ ਹਰਿਆਣੇ ਵਾਲੇ ਪਾਸੇ ਨੂੰ ਵੇਚਣ ਸ਼ੁਰੂ ਕਰ ਦਿੰਦੇ ਆ ਹੂੰ ਹੂੰ ਪਰ ਜੇ ਬਲੈਂਕ ਤੁਸੀਂ ਇਹ ਕਹੀ ਜਾਓ ਬਲੈਂਡਲੀ ਕਿ ਸਾਰੇ ਪੰਜਾਬ ਜੀ ਨਕਲੀ ਦੁੱਧ ਵਿਕ ਰਿਹਾ ਉਹ ਨਕਲੀ ਦੁੱਧ ਨਹੀਂ ਵਿਕ ਰਿਹਾ ਦੁੱਧ ਵਿੱਚ ਪਲੀਤ ਤੱਤ ਪਾ ਕੇ ਵੇਚਿਆ ਜਾ ਰਿਹਾ ਹੂੰ ਹੂੰ ਔਰ ਉਹਦੇ ਤੇ ਪੂਰੀ ਤਰ੍ਹਾਂ ਨਾਲ ਪੇਸ਼ਬੰਦੀਆਂ ਕਰਕੇ ਅਹੋੜੇ ਮੇਰੇ ਕ ਅਗਸਤ ਚ ਰਿਟਾਇਰ ਹੋਇਆ ਕਾਨਸਿੰਗਪਨ ਉਹ ਪੰਜਾਬ ਦਾ ਤੰਦਰੁਸਤ ਪੰਜਾਬ ਦਾ ਵੀ ਸੀ ਸੀਈਓ ਸੀ ਔਰ ਉਹਨੇ ਜਿੰਨੇ ਛਾਪੇ ਬਰਵਾ ਕੇ ਜਿੰਨਾ ਗੰਦਮਤ ਪੰਜਾਬ ਦੇ ਹਲਵਾਈਆਂ ਕੋਲੋਂ ਚੁਕਵਾਇਆ ਤੇ ਦੁੱਧ ਰੜਵਾਇਆ ਤੇ ਉਤੇ ਖੌਫ ਸੀ ਇੱਕ ਆਪਣੇ ਆਪ ਦੇ ਵਿੱਚ ਉਹ ਸਰਵਿਸ ਹੁਣ ਵੇਖੋ ਜਿਹਨਾਂ ਨੇ ਡਿਫਰਿਕਸ਼ਨ ਕਰ ਰਹੇ ਨੇ ਔਰ ਲੋਕਾਂ ਚੇਤਨਾ ਬੜੀ ਹੈ ਜੇ ਇੱਕ ਦਿਨ ਮੇਰੇ ਘਰ ਦੁੱਧ ਮੜਾ ਜੇ ਮੈਂ ਉਸੇ ਦਿਨ ਕਹਿ ਦਿੰਦਾ ਕਿ ਭਾਈ ਸਵੇਰੇ ਖਿਆਲ ਕਰ ਮਿੱਤਰ ਅਗਲੇ ਦਿਨ ਦੁੱਧ ਤੇਰਾ ਠੀਕ ਹੋਣਾ ਚਾਹੀਦਾ ਕਿ ਪੈਸੇ ਦੇਣੇ ਗੱਜਪਰੋਣਾ ਗੱਲ ਤੋਂ ਹੋਇਆ ਨਾ ਸੋ ਕਈ ਵਾਰੀ ਇੱਕ ਨਿੱਕੀ ਖਬਰ ਮੈਗਨੀਫਾਈ ਹੋ ਕੇ ਏਡੀ ਵੱਡੀ ਬਣ ਜਾਂਦੀ ਹੈ ਕਿ ਉਹ ਉਹਨਾਂ ਦੇ ਚੰਤ ਨੂੰ ਸਾਰੇ ਨੂੰ ਉਹ ਖੋਰਾ ਲਾਉਂਦੀ ਹੈ ਉਸ ਵਿਸ਼ਵਾਸਯੋਗਤਾ ਨੂੰ ਜਿਹਦਾ ਕੰਜ਼ਿਊਮਰ ਦੇ ਨਾਲ ਰਿਸ਼ਤਾ ਬੜਾ ਬਲੰਦ ਹੁੰਦਾ ਮਜ਼ਬੂਤ ਹੁੰਦਾ ਉਹ ਪ੍ਰੋਸੇਯੋਗਤਾ ਨਹੀਂ ਮੁਕਣੀ ਚਾਹੀਦੀ ਔਰ ਉਹ ਕਹਿੰਦੇ ਕਿ ਇਸ ਵਕਤ ਜਿਹੜਾ ਨਕਲੀ ਦੁੱਧ ਵਾਲੀ ਗੱਲ ਯਾ ਨਕਲੀ ਘਿਓ ਵਾਲੀ ਗੱਲ ਉਹ ਇਟਾ ਛਿੱਟਾ ਫੁੜਕਟਣਾ ਵਾਂਗ ਜਿਹੜੀਆਂ ਸੀ ਪੂਰੀ ਵੱਡੇ ਪੰਜਾਬ ਦੀ ਵਵਾ ਬਣ ਕੇ ਪੇਸ਼ਨਾ ਕਰੀਏ ਇਹ ਗੱਲ ਬਹੁਤ ਹੀ ਚੰਗੀ ਨਹੀਂ ਹੈ ਠੀਕ ਹੈ ਜੀ ਗਿਲਸਾਹਬ ਅੱਜ ਵੈਸੇ ਕੁਝ ਹੋਰ ਟਾਪਿਕ ਸੀ ਜਿਨ੍ਹਾਂ ਤੇ ਮੈਂ ਆਪ ਤੋਂ ਜਾਣਕਾਰੀ ਲੈਣਾ ਚਾਹੁੰਦਾ ਸੀ ਖਾਸ ਤੌਰ ਤੇ ਪਾਖੜਾ ਨੰਗਲ ਡੈਮ ਬਾਰੇ ਪਰ ਹੁਣ ਸਮਾਪਤੀ ਵੱਲ ਜਾ ਰਿਹਾ ਹੈ ਆਪਾਂ ਕੱਲ ਨੂੰ ਬਾਰੇ ਦੀ ਇੱਕੋ ਗੱਲ ਕਹਾਂਗਾ ਜੀ ਵੀ ਇੱਕ ਨਵਾਂ ਮੰਦਿਰ ਕਿਹਾ ਸੀ ਉਦੋਂ ਜਦੋਂ ਜਾਂ ਨਵਾਂ ਗੁਰੂ ਘਰ ਕਿਹਾ ਸੀ ਜਾਂ ਨਵਾਂ ਜੀ ਤੀਰਥ ਕਿਹਾ ਸੀ ਪੰਡਿਤ ਨੈਰ ਨੂੰ ਜਦੋਂ ਨਗਰੇਟ ਕੀਤਾ ਸੀ ਅੱਜ ਦੇ ਦਿਨ ਉਹਨੂੰ ਜੀ ਔਰ ਇਹ ਗੱਲ ਪਾਰਟੀਸ਼ਨ ਤੋਂ ਪਹਿਲਾਂ ਜਦੋਂ ਆਰੰਭ ਹੋਇਆ ਸਰ ਛੋਟੂ ਰਾਮ ਨੇ ਜਦੋਂ ਰਾਜਾ ਬਲਾਸਪੁਰ ਨੇ ਐਗਰੀਮੈਂਟ ਪਹਿਲਾਂ ਕੀਤਾ ਔਰ 8 ਜਨਵਰੀ 1945 ਨੂੰ ਨੂੰ ਸੰਪੂਰਨ ਕੀਤਾ ਔਰ ਇਹ ਦੁਨੀਆ ਦੇ ਵਿੱਚ ਏਸ਼ੀਆ ਦੇ ਵਿੱਚ ਸੈਕੰਡ ਟਾਲੈਸਟ ਇਹ ਡੈਮ ਹੈ ਜਿਹੜਾ ਟਿਰੀ ਗੜਵਾਲ ਦੇ ਵਿੱਚ ਡੈਮ ਹੈ ਉਹ ਨਮ ਬ੍ਰਿਕ ਤੇ ਹੈ ਉਚਾਈ ਚ ਇਹ ਹਿਮਾਚਲ ਪੰਜਾਬ ਦੀ ਸਰਾਦ ਤੇ ਸਤਲੁਜ ਦਰਿਆ ਦੇ ਉੱਤੇ ਬੱਜਿਆ ਬੰਨ ਹੈ ਔਰ ਜਿਹਦੇ ਵਿੱਚੋਂ ਬੜਾ ਕੁਝ ਨਿਕਲਿਆ ਉਹਦੇ ਵਿੱਚੋਂ ਬਿਜਲੀ ਨਿਕਲੀ ਰਾਦਰ ਉੱਥੋਂ ਗੁਰਸ਼ਰਨ ਸਿੰਘ ਨਾਟਕ ਕਰ ਨਿਕਲਿਆ ਗੁਰਸ਼ਰਧਾ ਨਾਟਕਰ ਸੀਮਿੰਟ ਟੈਕਨੋਲੋਜਿਸਟ ਸੀਗੇ ਤੇ ਉਹ ਉੱਥੇ ਜੌਬ ਕਰਦੇ ਸੀ ਜੀ ਉਹ ਜਦੋਂ ਇਨਾਗੂਰੇਸ਼ਨ ਸੀ 60 ਦੇ ਵਿੱਚ ਤਾਂ ਪੰਡਤ ਨਹਿਰੂ ਦੇ ਆਓ ਭਗਤ ਵਾਸਤੇ ਉੱਥੇ ਸੁਰਿੰਦਰ ਕੌਰ ਆਸਾ ਸਿੰਘ ਬਸਤਾਨਾ ਲਾਲਚੰਦ ਜਮਲਾ ਜੱਟ ਦਾ ਕਲਚਰ ਪ੍ਰੋਗਰਾਮ ਸੀ ਆਫਸਰ ਕਲੱਬ ਦੇ ਵਿੱਚ ਰੋਪੜ ਦੇ ਤੇ ਮਜ਼ਦੂਰਾਂ ਦਾ ਜੀ ਕਰਦਾ ਸੀ ਸੀ ਸੁਣੀਏ ਉਹਨਾਂ ਨੂੰ ਹੱਕ ਨਾ ਮਿਲਿਆ ਤੇ ਗੁਰਸ਼ੰਮ ਸਿੰਘ ਰਾਣੇ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਨੰਗਲ ਦੇ ਵਿੱਚ ਵੱਖਰਾ ਪ੍ਰੋਗਰਾਮ ਕਰ ਦਿੰਨੇ ਆ ਫਿਰ ਉਹਨਾਂ ਨੇ ਉਥੋਂ ਨਾਟਕ ਪਹਿਲਾ ਨਾਟਕ ਖੇਡਿਆ ਉਹਨਾਂ ਦੇ ਮਨੋਰੰਜਨ ਵਾਸਤੇ ਗੀਤਕਾਰ ਕੁਝ ਬੁਲਾਏ ਉਸ ਤੇ ਜੋ ਗੁਰਚਰਨ ਸਿੰਘ ਇੱਕ ਨਾਟਕ ਇਨਕਲਾਬ ਦਾ ਥੰਮ ਬਣਿਆ ਸੋ ਮੈਨੂੰ ਲੱਗਦਾ ਕਿ ਪਖੜਾ ਡੈਮ ਨੇ ਜਿੱਥੇ ਸਾਨੂੰ ਬਿਜਲੀ ਦਿੱਤੀ ਪਾਣੀ ਦਿੱਤਾ ਡਿਸਪਲਿਨ ਦਿੱਤਾ ਨਹਿਰਾਂ ਦਿੱਤੀਆਂ ਉਸ ਸਮੇਂ ਗੁਰਚਰਨ ਸਿੰਘ ਵੀ ਦਿੱਤਾ ਬਹੁਤ ਵਧੀਆ ਬਹੁਤ ਵਧੀਆ ਕਿਲ ਸਾਰ ਪ੍ਰੋਗਰਾਮ ਦਾ ਸਮਾਪਤੀ ਵਾਲ ਹੈ ਜੀ ਅਤੇ ਆਪਣੇ ਦਰਸ਼ਕਾਂ ਨੂੰ ਦੱਸ ਦੇ ਕਿ ਪੰਜਾਬੀ ਨੈਸ਼ਨਲ ਟੀਵੀ ਜੋ ਵੀ ਕੰਟੈਕਟ ਸੱਤ ਦਿਨ ਆਪ ਦੀ ਸੇਵਾ ਵਿੱਚ ਇਸ ਸਟੀਵਨ ਤੁਸੀਂ ਪੰਜਾਬੀ ਨੈਸ਼ਨਲ .ਟੀਵੀ ਸਾਡੀ ਵੈਬਸਾਈਟ ਸਾਡਾ ਫੇਸਬੁੱਕ ਪੇਜ ਤੇ ਤੁਸੀਂ ਵਕਫ ਵਕ ਸਾਡੇ ਪ੍ਰੋਗਰਾਮ ਦੇਖ ਸਕਦੇ ਹੋ YouTube ਚੈਨਲ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ ਪੰਜਾਬੀ ਨੈਸ਼ਨਲ ਦਾ ਜਿਆਦਾ ਜਾਣਕਾਰੀ ਲਈ 403 204 0011 ਕੈਲਗਰੀ ਰੇਮੈਂਟਨ ਵਿੱਚ ਜਾਂ ਸਾਰੇ ਕੈਨੇਡਾ ਵਿੱਚ ਤੁਸੀਂ ਇਹ ਟੀਵੀ ਦੇ ਉੱਤੇ ਕਿਸ ਤਰ੍ਹਾਂ ਚੈਨਲ ਦੇਖ ਸਕਦੇ ਹੋ ਇਸ ਸੰਬੰਧੀ ਜਿਆਦਾ ਜਾਣਕਾਰੀ ਲਈ 403 204 -001. ਜੀਰੂ ਜੀਰੂ ਗਿਆ ਨਾ ਨੰਬਰ ਸਾਡਾ ਹੈ ਜਿੱਥੇ ਤੁਸੀਂ ਕਾਲ ਕਰ ਸਕਦੇ ਹੋ ਗਿਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਨੂੰ ਸਮਾਂ ਦੇਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਜੀ ਅੱਗੇ ਚੌਣੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਭੈਣਾਂ ਭਰਾਵਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਬੋ